ਆਵਾਜ਼ੇ ਕੌਮ ਦੇ ਦਰਸ਼ਕੋ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ ਆਪ ਜੀ ਨੂੰ ਜੀ ਆਖਦੇ ਹਾਂ ਤੇ ਅੱਜ ਆਪਾਂ ਗੱਲਬਾਤ ਕਰਾਂਗੇ। ਕਾਫੀ ਮਸਲੇ ਆ ਸਾਡੇ ਕੋਲ। ਪਹਿਲਾਂ ਤੇ ਸਭ ਤੋਂ ਵਧਾਈ ਦਿੰਦੇ ਹਾਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਪੂਰੇ ਸੰਸਾਰ ਨੂੰ ਪੂਰੀ ਮਾਨਵਤਾ ਨੂੰ ਲੱਖ ਲੱਖ ਵਧਾਈ ਹੋਵੇ ਜੀ। ਤੇ ਗੱਲ ਵੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਜਿਹੜੀ ਆ ਕਰਨੀ ਆ ਤੇ ਸਾਡੇ ਨਾਲ ਜੁੜੇ ਵੀ ਹੋਏ ਹਨ ਸਤਿਕਾਰ ਕਮੇਟੀ ਦੇ ਆਗੂ ਭਾਈ ਬਲਵੀਰ ਸਿੰਘ ਜੀ ਮੁੱਛਲ ਅਤੇ ਇਸੇ ਤਰ੍ਹਾਂ ਭਾਈ ਤਰਲੋਚਨ ਸਿੰਘ ਜੀ ਸੋਹਲ। ਸੋ ਗੱਲਬਾਤ ਹੈਗੀ ਕਿ ਪਿਛਲੇ ਦਿਨ ਹੀ ਤੁਹਾਨੂੰ ਪਤਾ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਸੀ, ਉਹ ਜਿਹੜਾ ਮਸਲਾ ਸੀਗਾ ਉਹਦੇ ਬਾਰੇ ਇਹਨਾਂ ਨੇ ਬਹੁਤ ਖੁਲਾਸੇ ਕੀਤੇ ਸੀ। ਅੱਜ ਉਹਦਾ ਤਾਜ਼ਾ ਸਥਿਤੀ ਕੀ ਆ ਉਹ ਜਾਣਨੀ ਚਾਹਾਂਗੇ। ਬਲਵੀਰ ਸਿੰਘ ਜੀ, ਇਸ ਵੇਲੇ ਜਿਹੜਾ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਸੀ ਜਿਹਦੇ ਵਿੱਚ ਭਾਈ ਜਸਵਿੰਦਰ ਸਿੰਘ ਜੀ ਨਿਹੰਗ ਨੂੰ ਤਾਂ ਪਹਿਲਾਂ ਚਾਰਜ ਕੀਤਾ ਸੀ ਤੇ ਉਸ ਤੋਂ ਬਾਅਦ ਜਿਹੜੇ 31 ਨੰਬਰ ਵਾਲੇ ਉਹਨਾਂ ਦਾ ਕੋਈ ਮਸਲਾ ਚੱਲਦਾ ਸੀ, ਉਹ ਹੁਣ ਕੀ ਕਿਹੜੀ ਸਟੇਜ ਤੇ ਆ ਮਸਲਾ? ਉਹ ਇੱਦਾਂ ਹੀ ਕਿ ਜਿਹੜਾ ਸੁਖਦੇਵ ਸਿੰਘ ਨਾਗੋਗੇ ਹੀ ਇਸ ਬੰਦੇ ਨੇ ਗੁਟਕਾ ਸਾਹਿਬ ਦਾ ਨਿਰਾਦਰ ਕੀਤਾ ਸੀ। ਠੀਕ ਆ, ਜਿਹਦੀ ਵੀਡੀਓ ਸਾਡੇ ਕੋਲ ਫਿਰ ਅਸੀਂ ਕੋਈ ਤਰੀਕੇ ਨਾਲ ਬਣਾਈ, ਉਹ ਮੰਨਿਆ ਕਿ ਜਿਹੜਾ ਗੁਟਕਾ ਸਾਹਿਬ ਆ ਇਹਦਾ ਨਿਰਾਦਰ ਮੈਂ ਕੀਤਾ ਵਾ। ਵੀਡੀਓ ਜਿਹੜਾ ਉਹ ਮੇਰੇ ਨਾਲ ਮੁੰਡਾ ਵਾ ਮਾਣਕ, ਉਹ ਉਹਨੇ ਬਣਾਈ ਆ ਤੇ ਇਹ ਜਿਹੜਾ ਗੁਟਕਾ ਸਾਹਿਬ ਆ ਇਹ ਮੇਰੇ ਕੋਲ ਹੀ, ਕਿਉਂਕਿ ਇਹਨੇ ਕੀਤਾ ਸੀ ਕਿ ਕੋਰਟ ਵਿੱਚ ਜਾ ਕੇ ਆ ਬਾਬਾ ਬਕਾਲਾ ਸਾਹਿਬ ਜੀ ਦੇ 164 ਦੇ ਬਿਆਨ ਹੀ ਦੇ ਆਪਣੇ ਬਚਾਅ ਵਾਸਤੇ। ਅੱਛਾ ਜੀ। ਤੇ ਹੁਣ ਪ੍ਰਸ਼ਾਸਨ ਨੇ ਜਦੋਂ IG ਸਾਹਿਬ ਹੋਣਾ ਨੇ ਤੇ ਨਾਲ SSP ਸਾਹਿਬ ਹੋਣਾ ਨੇ ਆਪਣਾ ਪੂਰਾ ਤਹਿ ਤੱਕ ਇਹਦੇ ਗਏ, ਇਹਨੇ ਆਪ ਖੁਦ ਬਿਆਨ ਦੇ ਕੇ ਗਿਆ ਕਿ ਗੁਟਕਾ ਸਾਹਿਬ ਦਾ ਇਹਦੇ ਤੇ ਹੁਣ ਪਰਚਾ ਦਰਜ ਹੋ ਗਿਆ ਵਾ ਆਪਣੇ ਸੁਖਦੇਵ ਸਿੰਘ ਨਾਗੋਗੇ ਦੇ ਤੇ ਨਾਲ ਉਹਦੇ ਸਾਥੀ ਦੇ। ਜਿਹਨੇ ਵੀਡੀਓ ਬਣਾਈ ਆ? ਹਾਂਜੀ 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 ਹਾਂਜੀ। ਤੇ ਇਹਦਾ ਮਤਲਬ ਹੁਣ 3 ਜਾਣੇ ਹੋ ਗਏ ਇਹਦੇ ਚ, ਜਿੱਦਾਂ ਇੱਕ ਜਸਵਿੰਦਰ ਸਿੰਘ ਜਿਹੜੇ USA ਵਾਲੇ ਜਸਵਿੰਦਰ ਸਿੰਘ ਨਿਹੰਗ, ਉਹ ਤੇ ਆਪਣੇ ਸੁਖਦੇਵ ਸਿੰਘ ਤੇ ਮਾਨਕ। ਹਾਂਜੀ ਹਾਂਜੀ। ਅੱਛਾ, ਤੇ ਕੀ ਆ ਹੁਣ ਉਹਨਾਂ ਨੇ ਮਤਲਬ ਇਹਨਾਂ ਤੇ ਕੋਈ ਜਿਹੜਾ ਚਾਰਜ ਸ਼ੀਟ ਕਰ ਦਿੱਤਾ ਜਾਂ ਪਰਚੇ ਦਰਜ ਕੀਤਾ? ਪਰਚਾ ਦਰਜ ਹੋ ਗਿਆ ਜੀ 3 ਜਾਣਿਆਂ ਦੇ। ਅੱਛਾ ਜੀ। ਤਰਬੀਨਾ ਜਿਵੇਂ ਬਿਆਨ ਲਿਖ ਕੇ ਤੇ ਬਿਆਨ ਲਿਖ ਕੇ ਬਿਆਨ ਕਲਮਬੰਦ ਕਰਕੇ ਸਿੱਟੀਆਂ ਨਾ ਲਾ ਕਰਕੇ ਇਹਦੀਆਂ ਜੋ ਬੋਲਦਾ ਕਿ ਹਾਂ ਮੈਂ ਗੁਟਕਾ ਸਾਹਿਬ ਦਾ ਨਿਰਾਦਰ ਮੈਂ ਕੀਤਾ, ਮੈਂ ਅੰਗ ਥੱਲ ਰਿਹਾ ਵਾ, ਮੇਰੇ ਹੱਥ ਵਾ, ਉਹ ਸਾਰਾ ਪ੍ਰਸ਼ਾਸਨ ਨੇ ਕਵਰ ਕਰਕੇ ਤੇ ਇਹਦੇ ਤੇ ਜਿਹੜੀ FIR ਦਰਜ ਨਾਲ ਹੀ ਇਹਨੂੰ ਲੈਂਦਾ ਵਿੱਚ ਤੇ ਅੱਜ ਇਹ ਜਵਾਨ ਦੀ ਸੀ। ਅੱਛਾ, ਮਤਲਬ ਗ੍ਰਿਫਤਾਰ ਵੀ ਕਰ ਲਿਆ? ਨਹੀਂ, ਗ੍ਰਿਫਤਾਰ ਨਹੀਂ, ਇਹਦੇ ਪਿਤਾ ਜੀ ਦੀ ਡੈਥ ਹੋਣ ਕਾਰਨ ਇਹਦੇ ਪਿਤਾ ਜੀ ਦੀ ਡੈਥ ਹੋ ਗਈ ਆ, ਉਸ ਕਰਕੇ ਪ੍ਰਸ਼ਾਸਨ ਨੇ ਗ੍ਰਿਫਤਾਰ ਨਹੀਂ ਕੀਤਾ। ਠੀਕ ਹੈ ਠੀਕ ਹੈ। ਤੇ ਅੱਜ ਉਹਨਾਂ ਦੀ ਜਮਾਨਤ ਸੀਗੀ, ਜਿੱਦਾਂ ਹੁਣ ਅਗਲਾ ਹੁਣ ਅੱਗੇ ਕੀ ਹੋਊਗਾ, ਇਹਦਾ ਅਗਲੀ ਸਟੇਜ ਕੀ ਆ? ਅਗਲੀ ਸਟੇਜ ਇਹ ਆ ਕਿ ਜੇਕਰ ਜਮਾਨਤ ਇਹਨੇ ਅੱਜ ਜਿਵੇਂ ਹੁਣ ਕਰਦੇ ਪਤਾ ਵਕੀਲ ਸਾਹਿਬਾਂ ਦੇ ਦੱਸ ਦਾਂਗੇ, ਬਹਿਸ ਹੋ ਗਈ ਕਿ ਇਸ ਬੰਦੇ ਨੇ ਜਿਹੜਾ ਵਾ ਗੁਟਕਾ ਸਾਹਿਬ ਦਾ ਨਿਰਾਦਰ ਕੀਤਾ ਸੀ ਤੇ ਉਹਦੇ ਹਿਸਾਬ ਨਾਲ ਹੁਣ ਜੇਕਰ ਜਮਾਨਤ ਨਹੀਂ ਹੋਈ ਤੇ ਪੁਲਿਸ ਨੇ ਅਰੈਸਟ ਕਰਨਾ ਹੀ ਕਰਨਾ ਇਹਨੂੰ। ਹਾਂਜੀ, ਇਹ ਭਾਈ ਤਰਲੋਚਨ ਸਿੰਘ ਜੀ, ਜਿੱਦਾਂ ਪਹਿਲਾਂ ਗੱਲਾਂ ਹੁੰਦੀਆਂ ਸੀ, ਅਸੀਂ ਕੁਛ ਨਹੀਂ ਕੀਤਾ, ਸਾਡਾ ਕੋਈ ਹੱਥ ਨਹੀਂ ਗਾ, ਅਸੀਂ ਇਹ ਕੰਮ ਕਰ ਹੀ ਨਹੀਂ ਸਕਦੇ, ਮਤਲਬ ਉਹੋ ਹੀ ਗੱਲਾਂ ਜਿਹੜੀਆਂ ਆਪਾਂ ਪਹਿਲਾਂ ਮਤਲਬ ਇਹ ਜਿਹੜੇ ਦੋਸ਼ ਇਹਨਾਂ ਦੇ ਲੱਗਦੇ ਸੀ ਉਹ ਸਾਬਤ ਹੋ ਗਿਆ ਕਿ ਗੁਟਕਾ ਸਾਹਿਬ ਦੀ ਬੇਅਦਬੀ ਇਹਨਾਂ ਨੇ ਸਿੱਖ ਹੋਣ ਦੇ ਹੋ ਕੇ ਵੀ ਇਹਨਾਂ ਨੇ ਕੀਤੀ ਆ। ਮੈਂ ਭਾਈ ਸਾਹਿਬ ਜੀ ਪਹਿਲਾਂ ਸਾਰੀਆਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਆ ਇਸ ਮਸਲੇ ਤੇ, ਕਿਉਂਕਿ ਗੁਰਬਾਣੀ ਦਾ ਨਿਰਾਦਰ ਹੋਇਆ ਸੀ ਤੇ ਗੁਰਬਾਣੀ ਦੇ ਨਿਰਾਦਰ ਤੇ ਉਹਨਾਂ ਨੇ ਆਪ ਕੋਈ ਇਹੋ ਜਿਹਾ ਵਿਜੂ ਬਣਾ ਕੇ ਅਫਸਰਾਂ ਦੇ ਵੀ ਹਿਰਦੇ ਤੇ ਵੱਸ ਕੇ ਨਾ ਜੀ, ਤੇ ਇਹ ਸਾਰਾ ਜੋ ਇਹਨਾਂ ਨੇ ਕਹਾਣੀ ਘੜੀ ਸੀ ਉਹ ਸਾਰੀ ਦੀ ਸਾਰੀ ਸਾਹਮਣੇ ਆ ਗਈ ਆ। ਤੇ ਆਪ ਜੀ ਦਾ ਵੀ ਧੰਨਵਾਦ ਵੀ ਆਪ ਜੀ ਨੇ ਉਦੋਂ ਵੀ ਇਹ ਮੁੱਦਾ ਜਿਹੜਾ ਵਾ ਇਹ ਸਾਰਾ ਜਿਹੜਾ ਵਾ ਇਸ ਗੱਲ ਤੇ ਸੰਗਤਾਂ ਦੇ ਸਾਹਮਣੇ ਲਿਆਂਦਾ ਸੀ ਤੇ ਸਾਨੂੰ ਪੁੱਛਿਆ ਸੀ, ਤੇ ਅੱਜ ਅਸੀਂ ਉਹ ਭਾਈ ਸਾਹਿਬ ਜੀ ਮੈਂ ਸੰਗਤਾਂ ਦੇ ਸਾਹਮਣੇ ਭਾਈ ਬਲਵੀਰ ਸਿੰਘ ਹੋਣਾ ਦੱਸਿਆ ਮੇਰੀ ਡਿਊਟੀ ਲੱਗੀ ਸੀ ਕਿ ਮੈਂ ਆਹ ਜੀ ਉਹ ਫੋਟੋ ਕਾਪੀ ਆ ਜਿਹੜੇ ਇਸੀ 95 ਨੰਬਰ ਮੁਕਦਮਾ ਨੰਬਰ ਜਿਹੜਾ ਵਾ ਉਹਦੇ ਤੇ ਇਹਨਾਂ ਨੂੰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਨੇ ਭਾਈ ਸਾਹਿਬ ਜੀ ਚਲਾਕੀ ਇਹ ਫਿਰ ਕੀਤੀ ਕਿ ਇਹਨਾਂ ਨੇ ਉਦਣ ਜਿੱਦਣ ਬਿਆਨ ਹੋਣੇ ਸੀਗੇ ਤੇ ਸੁਖਦੇਵ ਸਿੰਘ 31 ਨੰਬਰ ਨਾਗੋਗੇ ਨੇ ਇਹਨੇ DSP ਸਾਹਿਬ ਦੇ ਸਾਹਮਣੇ ਬਿਆਨ ਜਿਹੜੇ ਨਾ ਸਾਡੇ ਜਾਣ ਤੋਂ ਪਹਿਲਾਂ ਦੇਤੇ ਤੇ ਫਿਰ ਗਲਤ ਦੇ ਦਿੱਤੇ। ਅੱਛਾ ਠੀਕ। ਉਹਨਾਂ ਨੇ ਸਾਡੇ ਭਾਈ ਬਲਬੀਰ ਸਿੰਘ ਦੇ ਤੇ ਸਾਡੇ ਬਿਆਨ ਲਏ 3 ਸਿੰਘਾਂ ਦੇ ਬਾਅਦ ਜੇ ਜਦੋਂ ਉਹਨਾਂ ਨੇ ਸਾਰੇ ਬਿਆਨ ਲਏ ਤੇ ਉਹਨਾਂ ਨੇ ਸਾਨੂੰ ਇਹ ਪੁੱਛਿਆ ਕਿ ਤੁਸੀਂ ਜਿਹੜੇ ਆ ਤੁਹਾਡੇ ਕੀ ਕਿਵੇਂ ਤੁਸੀਂ ਇਹਨੂੰ ਸਾਬਤ ਕਰਦੇ ਆ। ਜਦੋਂ ਅਸੀਂ ਉਹ ਸਾਰੇ ਸਬੂਤ ਜਿਹੜੇ ਆ DSP ਦੇ ਜੰਡਿਆਲਾ ਗੁਰੂ ਦੇ ਸਾਹਮਣੇ ਰੱਖੇ
ਉਹਨਾਂ ਨਾਲ ਸਾਰੇ ਸਬੂਤ ਰੱਖ ਕੇ ਅਸੀਂ ਉਹਨਾਂ ਨਾਲ ਜੋ ਸਾਨੂੰ ਉਹਨਾਂ ਸਵਾਲ ਕੀਤੇ ਸੀ ਉਹਨਾਂ ਦੇ ਜਵਾਬ ਦਿੱਤੇ। ਉਸ ਤੋਂ ਬਾਅਦ ਇਹਨੂੰ ਦੁਬਾਰੇ ਫਿਰ ਉਹਨਾਂ ਨੇ ਬੁਲਾਇਆ ਉੱਥੇ ਹੀ ਇਹਨੂੰ ਕਮਰੇ 'ਚ ਬਿਠਾਇਆ ਸੀ। ਇਹਨੂੰ ਬਿਠਾ ਕੇ ਇਹਦੇ ਨਾਲ ਇੱਕ ਸਿਫਾਰਸ਼ੀ ਗਿਆ ਸੀ ਬਲਵੰਤ ਸਿੰਘ ਗੋਪਾਲਾ ਗੋਪਾਲਾ ਜੀ ਨੂੰ ਵੀ ਉਹਨਾਂ ਨੇ ਬੁਲਾਇਆ। ਉਹਨਾਂ ਨੇ ਮੁੜ ਕੇ ਇਹਨੂੰ ਆਖਿਆ ਕਿ ਜਿਹੜੇ ਬਿਆਨ ਤੋਂ ਲਿਖਾਏ ਤੂੰ ਝੂਠੇ ਲਿਖਾਏ ਆ ਤੇ ਬਿਆਨ ਸਹੀ ਕਰਕੇ ਲਿਖਾ। ਫਿਰ ਇਹਨੇ ਜਦੋਂ ਉਹਨਾਂ ਨੇ ਪੁੱਛਿਆ DSP ਸਾਹਿਬ ਨੇ ਫਿਰ ਇਹ ਆਪਣੀ ਜ਼ਬਾਨ ਤੋਂ ਇਹ ਭਾਈ ਸਾਹਿਬ ਜੀ ਮੰਨ ਗਿਆ ਕਿ ਮੈਂ ਇਹ ਵੀਡੀਓ ਵੀ ਮੈਂ ਬਣਾਈ, ਮੇਰੇ ਬੰਦੇ ਮਾਨਕ ਨੇ ਬਣਾਈ ਆ ਤੇ ਮੈਂ ਹੀ ਉਹ ਗੁਰਕਾ ਸਾਹਿਬ ਦਾ ਜੋ ਸਾਰਾ ਇਹ ਆਪਣੀ ਜ਼ਬਾਨ ਤੋਂ ਮੰਨ ਗਿਆ ਜੀ। ਜ਼ਬਾਨ ਤੋਂ ਮੰਨ ਕੇ ਉਹ ਬਿਆਨ ਦੇ ਤੇ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਉਹ ਵੱਖੋ ਵੱਖਰੇ ਸੱਦ ਦੇ ਸੀ ਤੇ ਸਾਨੂੰ ਮੁੜ ਕੇ ਜਦੋਂ ਰੀਡਰ ਤੋਂ ਪਤਾ ਲੱਗਾ ਕਿ ਬਿਆਨ ਉਹਨਾਂ ਕਿਹਾ ਗਿਆ ਜੀ ਬਾਬਾ ਜੀ ਦੱਸੋ ਆਪਾਂ ਕਿੱਥੇ ਜਾਵਾਂਗੇ, ਇਹ ਬੰਦਿਆਂ ਨੇ ਕੰਮ ਜਿਹੜਾ ਉਹ ਕਬੂਲਨਾਮਾ ਕਰ ਲਿਆ, ਇਹਨੇ ਕਬੂਲਨਾਮਾ ਕਰ ਲਿਆ ਜੀ। ਉਸ ਤੋਂ ਬਾਅਦ ਇਹਨਾਂ ਨੇ ਉਹ ਮਾਨਕ ਨੂੰ ਸੱਦਿਆ ਜਿਹਨੇ ਵੀਡੀਓ ਬਣਾਈਆਂ ਦੁਕਾਨ ਤੇ, ਕਰਿੰਦੇ ਨੂੰ ਵੀ DSP ਸਾਹਿਬ ਨੇ ਬਿਆਨ ਲਾਇਆ, ਉਹਨੇ ਵੀ ਕਬੂਲਨਾਮਾ ਕਰ ਲਿਆ। ਫਿਰ ਇਹਨਾਂ ਦੇ ਬਿਆਨ ਜਿਹੜੇ ਹੋ ਕੇ ਇਹਨਾਂ ਨੂੰ ਉਸੇ ਪਰਚੇ ਦੇ ਵਿੱਚ ਹੁਣ ਤਿੰਨਾਂ ਜਣਿਆਂ ਨੂੰ ਪਾ ਲਿਆ ਜੀ। ਪਰ ਇਹਨਾਂ ਨੇ ਬਾਹਰੋਂ ਬਾਹਰ ਇਹਨੇ ਚਲਾਕੀ ਕੀਤੀ ਹੈ, ਉਹ ਰਜਿਸਟਰ ਹੋਣ ਤੇ ਮੁਕਦਮਾ ਰਜਿਸਟਰ ਹੋਣ ਤੇ ਇਹਨੇ ਬਾਹਰੋਂ ਬਾਹਰ ਜ਼ਮਾਨਤ ਲਾਈ ਹੋਈ ਆ। ਤੇ ਉਹ ਦੁੱਖ ਦੀ ਗੱਲ ਇਹ ਆ ਕਿ ਜਿਹੜੇ ਕੋਈ ਗੁਰਬਾਣੀ ਦੀ ਬਿਦ ਵੀ ਕਰਦੇ ਆ ਲੋਕ, ਉਹਨਾਂ ਦੇ ਧਾਰਾ ਹੀ ਏਡੀ ਕੁ ਨੋਰਮਲ ਆ, 295 ਹੁਣ ਜ਼ਮਾਨਤ ਬਾਹਰੋਂ ਬਾਹਰ ਹੋ ਜਾਂਦੀ ਹੈ ਜੀ। ਤੇ ਉਹ ਗ੍ਰਿਫਤਾਰੀ ਹੋਈ ਹੈ ਜੀ। ਜਿਹੜੀ ਹੈਰਾਨੀ ਦੀ ਗੱਲ ਇਹ ਵੀ ਆ ਕਿ ਚਲੋ ਜਿੱਦਾਂ ਤੁਸੀਂ ਤਾਂ ਇਹ ਸਤਿਕਾਰ ਦੇ ਮਤਲਬ ਵਾਸਤੇ ਕੰਮ ਕਾਰ ਕਰਦੇ ਆ, ਹੱਥਾਂ ਜਿੱਥੇ ਕੋਈ ਬੇਅਦਬੀ ਹੁੰਦੀ ਆ ਤੁਸੀਂ ਆਪਣਾ ਜੱਦੋਜਹਿਦ ਕਰਦੇ ਆ, ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਅਸੀਂ ਕਿਰਪਾਨਾ ਪਾ ਕੇ ਦਾੜੇ ਰੱਖ ਕੇ ਪਿੰਡ ਦੇ ਸਰਪੰਚ ਬਣ ਕੇ ਜਾਂ ਮਤਲਬ ਇਲਾਕੇ ਦੇ ਚੌਧਰੀ ਬਣ ਕੇ ਜਾਂ ਆਪਾਂ ਇਹ ਕਹੀਏ ਕੌਮ ਦੇ ਲੀਡਰ ਬਣ ਕੇ ਤੇ ਮੁੜ ਕੇ ਮਦਦ ਕਿਹੜੀ ਖੁਸ਼ੀ ਚ ਕਰਨ ਜਾਂਦੇ ਇਹਨਾਂ ਲੋਕਾਂ ਦੀ ਜਿਹੜੇ ਬੇਅਦਬੀ ਕਰਦੇ ਆ। ਇਹ ਤੇ ਭਾਈ ਸਾਹਿਬ ਇਹ ਉਹਨਾਂ ਦਾ ਸਵਾਲ ਆ ਉਹਨਾਂ ਲੋਕਾਂ ਦਾ ਵਾ ਜਿਨ੍ਹਾਂ ਨੇ ਬਿਨਾਂ ਕਿਤੇ ਪੁੱਛਣ ਦੇ ਉਹਨਾਂ ਦੀ ਮਦਦ ਕੀਤੀ ਆ, ਉਹਨਾਂ ਨੂੰ ਗੁਰੂ ਦੀ ਗੱਲ ਕਰਨੀ ਚਾਹੀਦੀ ਸੀ ਜਾਂ ਪਹਿਲਾਂ ਘੋਖ ਪੜਤਾਲ ਕਰਨੇ ਉਹਨਾਂ ਦੇ ਪਿੱਛੇ ਖਲੋਣਾ ਚਾਹੀਦਾ ਸੀ? ਇਹ ਤੇ ਸਵਾਲ ਉਹਨਾਂ ਦਾ, ਉਹੀ ਦੱਸ ਸਕਦੇ ਆ, ਉਹੀ ਦੱਸ ਸਕਦੇ। ਨਹੀਂ ਨਹੀਂ ਦੱਸ ਤੋ ਸਕਦੇ ਆ, ਦੇਖੋ ਆਪਣਾ ਆਪਾਂ ਤੇ ਗੱਲ ਹੀ ਕਰਦੇ ਨੇ, ਇਹ ਨਹੀਂ ਕਹਿੰਦਾ ਤੁਸੀਂ ਜਵਾਬ ਦਿਓ, ਹੁਣ ਆਪਣੇ ਬਲਵੰਤ ਸਿੰਘ ਗੋਪਾਲਾ ਦੀ ਗੱਲ ਕਰਦੇ ਆ ਤੁਸੀਂ ਤੇ ਇੱਕ ਪਾਸੇ ਮਤਲਬ ਸੰਤ ਭਿੰਡਰਾਂ ਵਾਲੇ ਦੇ ਨਾਂ ਤੇ ਉਹ ਜਥੇਬੰਦੀ ਦੇ ਵੀ ਆਗੂ ਆ ਤੇ ਫਿਰ ਜੇ ਸਿੱਖ ਜਥੇਬੰਦੀਆਂ ਹੀ ਮਤਲਬ ਫਿਰ ਕਹਿੰਦੇ ਲੋਕੀ ਇਹ ਸੋਚਦੇ ਆ ਕਿ ਜੇ ਬੈਰ ਵਿਰੋਧ ਕਰਦੇ ਆ ਭਰਾ ਮਾਰੂ ਜੰਗ ਹੁੰਦੀ ਆ, ਉੱਥੇ ਤੇ ਥੋੜੀ ਬਹੁਤ ਮਤਲਬ ਆਪਣੇ ਆਪ ਨੂੰ ਸੰਗ ਚਾਹੀਦੀ ਹੈ ਜਿੱਥੇ ਬੰਦਾ ਚਾਹੇ ਮੇਰਾ ਭਰਾ ਹੋਵੇ ਪਿਓ ਹੋਵੇ ਜਿਹੜਾ ਬੇਅਦਬੀ ਕਰਦਾ ਉਹਦੇ ਲਈ ਉਹਦੇ ਤੇ ਸਾਨੂੰ ਮਤਲਬ ਹੱਕ ਚ ਨਹੀਂ ਨਾ ਖੜਨਾ ਚਾਹੀਦਾ। ਬਿਲਕੁਲ ਜੀ ਬਿਲਕੁਲ ਭਾਈ ਸਾਹਿਬ ਜੀ, ਭਾਈ ਬਲਵੰਤ ਸਿੰਘ ਜੀ ਗੋਪਾਲਾ ਜੀ ਉੱਥੇ ਆਏ ਆ ਤੇ ਇਹਦੇ ਸਾਡੇ ਨਾਲ ਬੈਠ ਕੇ ਉੱਥੇ ਕੁਛ ਛਕਿਆ ਵੀ, ਇਹਦੇ ਨਾਲ ਸਾਰਿਆਂ ਸਿੰਘਾਂ ਨੇ ਕਿਹਾ ਕਿ ਤੁਸੀਂ ਉਸ ਬੰਦੇ ਦੇ ਨਾਲ ਤੁਰੇ ਫਿਰਦੇ ਜਿਹੜੇ ਪਾਵਨ ਪਵਿੱਤਰ ਗੁਰਬਾਣੀ ਦਾ ਜਿਹਨੇ ਨਿਰਾਦਰ ਕੀਤਾ। ਭਾਈ ਤੁਹਾਨੂੰ ਸਿੰਘ ਹੋਣਾ ਨੇ ਵੀ ਡਾਂਟ ਕੇ ਕਿਹਾ ਬਲਵੰਤ ਸਿੰਘ ਜੀ ਕੀ ਕਿੱਧਰ ਤੁਰੇ ਫਿਰਦੇ ਤੁਸੀਂ, ਕਿਸ ਬੰਦੇ ਦੇ ਮਗਰ ਮਗਰ ਤੁਰੇ ਭੇਜਦੇ ਤੁਸੀਂ? ਨਹੀਂ ਨਹੀਂ ਮੈਂ ਭਾਈ ਜਸਵਿੰਦਰ ਸਿੰਘ ਦੇ ਘਰ ਕੇ ਆਇਆ, ਮੈਂ ਜਸਵਿੰਦਰ ਸਿੰਘ ਮੁੜ ਕੇ ਦੂਜੀ ਬੰਦੇ ਗੱਲ ਜਾਂਦਾ ਸੀ। ਇਹ ਭਾਈ ਉਹਨੂੰ ਬਚਾਉਣ ਵਾਸਤੇ ਸੁਖਦੇਵ ਹੋਣਾ ਨੂੰ ਤੇ ਉੱਥੇ ਮਗਰ ਆਏ, ਇਹਨੂੰ ਨਹੀਂ ਪਤਾ ਕਿ ਇਹਨਾਂ ਨੇ ਸਤਿਕਾਰ ਕਮੇਟੀ ਵਾਲੇ ਸਿੰਘਾਂ ਨੇ ਆ ਜਾਣਾ ਵਾ। ਫਿਰ ਮੁੜ ਕੇ ਸਾਡੇ ਕੋਲ ਆਣ ਕੇ ਫੇਰ ਡੈ ਪਿਆ ਆਏ ਤਰਲੇ ਮਿੰਤਾ ਜੀਆਂ, ਨਹੀਂ 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 ਜੀ ਇਹ ਬੰਦਾ ਗਲਤ ਵਾ। ਫਿਰ ਇਹਨੇ ਆਪ ਡੀ ਐਸ ਪੀ ਨੂੰ ਕਿਹਾ ਵਾ ਕਿ ਬੰਦਾ ਖੀਰ ਤੇ ਜਦੋਂ ਇਹਨਾਂ ਨੇ ਮੈਂ ਖੁਦ ਵੀ ਕੋਸ਼ਿਸ਼ ਕਰੂੰਗਾ, ਉਹਨੂੰ ਇੰਟਰਵਿਊ ਵੀ ਕਰੂੰਗਾ ਵੀ ਤੁਸੀਂ ਕਿਹੜੀ ਖੁਸ਼ੀ ਦੇ ਵਿੱਚ ਕਿਹੜੇ ਮਤਲਬ ਵੱਡੇ ਵੱਡੇ ਦਮਾਲੇ ਸਜਾਈ ਫਿਰਦੇ ਆ ਤੇ ਲੋਕਾਂ ਨੂੰ ਮਤਲਬ ਜੇ ਕੋਈ ਬੰਦਾ ਹੋਰ ਗਲਤੀ ਕਰਦਾ ਤਾਂ ਅਸੀਂ ਉਹਦੇ ਉਹਨੂੰ ਕਹਿੰਦੇ ਵੀ ਇਹਨੂੰ ਛੱਡਣਾ ਨਹੀਂ ਗਾ, ਤੇ ਜੇ ਆਪਣਾ ਕਰਦਾ ਤਾਂ ਉਹਦੀਆਂ ਤੁਸੀਂ ਜਾ ਕੇ ਉਹਨਾਂ ਦੀ ਸਿਫਾਰਿਸ਼ ਕਰਦੇ ਆ, ਉਹਨਾਂ ਦੀ ਮਦਦ ਕਰ ਰਹੇ ਆ। ਭਾਈ ਸਾਹਿਬ ਤੁਹਾਡੇ ਕੰਮ ਦੀ ਗੱਲ ਦੱਸ ਦਈਏ, ਤੁਸੀਂ ਉਹਨਾਂ ਨੂੰ ਪੁੱਛ ਦਿਓ ਭਾਈ ਬਲਬੀਰ ਸਿੰਘ ਜੀ ਇੱਕੋ ਮਿੰਟ, ਜਿਹਦੇ ਇਹ ਕੱਲੀ ਮਦਦ ਇੱਥੋਂ ਤੱਕ ਇਹਨਾਂ ਨੂੰ ਪਹਿਲਾਂ ਜਦੋਂ SSP ਨੇ ਬੁਲਾਇਆ ਨਾ ਜੀ ਉੱਥੇ, ਅਗਲੇ ਦਿਨ ਇਹਨਾਂ ਨੂੰ ਮਹਿਤੇ ਥਾਣੇ ਇੱਕ ਸੁਖਦੇਵ ਸਿੰਘ 31 ਨੰਬਰ ਨੂੰ ਹਵਾਲਾ ਚ ਦਿੱਤਾ ਜੀ ਖੜਕੇ, ਤੇ ਉੱਥੋਂ ਗਰੰਟੀ ਤੇ ਜ਼ਿੰਮੇਵਾਰੀ ਤੇ ਗੋਪਾਲਾ ਜੀ ਲੈ ਕੇ ਆਏ ਆ, ਤੇ ਗੋਪਾਲਾ ਜੀ ਗਰੰਟੀ ਤੇ ਲੈ ਕੇ ਆਏ ਹਵਾਲਾ ਚ ਕਢਾ ਕੇ ਪਰਚਾ ਦਰਜ ਹੋਣ ਤੋਂ ਪਹਿਲਾਂ। ਜਦੋਂ ਮੰਨ ਲਓ ਉਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਨਾ, ਜਦੋਂ ਅਸੀਂ ਪ੍ਰੂਫ ਦਿੱਤੇ SSP ਸਾਹਿਬ ਨੂੰ, ਤੇ ਉਹਨਾਂ ਨੇ ਇਹਨਾਂ ਨੂੰ ਏਕਰ ਲਿਆ ਕੇ ਹਵਾਲਾ ਚ ਮਹਿਤੇ ਥਾਣੇ ਦਿੱਤਾ, ਉੱਥੋਂ ਗੋਪਾਲਾ ਜੀ ਆਪਣੀ ਗਰੰਟੀ ਤੇ ਲੈ ਕੇ ਗਏ ਆ ਇਹਨੂੰ। ਫਿਰ ਮੁੜ ਕੇ DSP ਨੇ ਤਾਂ ਹੀ ਗੋਪਾਲਾ ਜੀ ਨੂੰ ਬੁਲਾਇਆ ਵੀ ਇਹਨੂੰ ਲੈ ਕੇ ਆ ਮੇਰੇ ਕੋਲ, ਗੋਪਾਲਾ ਜੀ ਫਿਰ ਇਹਦੇ ਵਕੀਲ ਬਣੇ ਇਹਨੂੰ ਨਾਲ ਲਈ ਫਿਰਦੇ ਰਹੇ। ਮੈਂ ਤਾਂ ਕਹਿੰਦਾ ਗੋਪਾਲਾ ਉਹਨਾਂ ਨੂੰ ਵੀ ਜਿੱਦਾਂ ਕਚਹਿਰੀ ਉਹ ਵੀ ਉਹਨਾਂ ਨੂੰ ਵੀ ਪੰਥ ਦੀ ਕਚਹਿਰੀ 'ਚ ਖੜੇ ਕਰਨਾ ਚਾਹੀਦਾ ਵੀ ਤੂੰ ਆ ਕੇ ਸਪਸ਼ਟ ਕਰ ਬਈ, ਉੱਦਾਂ ਕਹਿੰਦੇ ਕੌਮ ਦੀ ਅਣਖ ਲਈ ਮਰਨ ਨੂੰ ਤਿਆਰ ਆ, ਕੌਮ ਦੀ ਅਣਖ ਲਈ ਆਹ ਕਰਨ ਨੂੰ ਤਿਆਰ ਆ, ਤੇ ਜੇ ਅਸੀਂ ਭਾਵੇਂ ਚਲੋ ਉਹਨੇ ਜਾਣ ਬੁੱਝ ਕੇ ਕੀਤੀ ਆ, ਜਾਣੇ ਪੁਣੇ 'ਚ ਕੀਤੀ ਆ, ਬੇਅਦਬੀ ਤੇ ਕੀਤੀ ਆ ਨਾ, ਈਰਖਾ 'ਚ ਕੀਤੀ ਆ। ਹਾਂਜੀ ਈਰਖਾ 'ਚ ਕੀਤੀ ਆ। ਹਾਂਜੀ ਇੱਕ ਤਾਂ ਭਾਈ ਤਲੋਚਨ ਸਿੰਘ ਜੀ ਤੁਹਾਡਾ ਧੰਨਵਾਦ ਆ, ਬਲਵੀਰ ਸਿੰਘ ਜੀ ਮੁਸਲ ਸਾਹਿਬ ਤੁਹਾਡਾ ਵੀ ਧੰਨਵਾਦ ਆ ਕਿ ਤੁਸੀਂ ਇਹ ਗੱਲ ਜਿਹੜੀ ਆ ਇਹ ਮਸਲਾ, ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਸਿੱਖ ਮਤਲਬ ਸਾਰੇ ਟਕਸਾਲ ਨਾਲ ਵੀ ਸੰਬੰਧਿਤ ਜਾਂ
ਆਪਸ ਵਿੱਚ ਬਹੁਤ ਪਿਆਰ ਸੀਗਾ। ਇਸ ਗੱਲ ਨੇ ਗੋਟਕਾ ਸਾਹਿਬ ਦੀ ਬੇਅਦਬੀ ਨੇ ਉਹਨਾਂ ਵਿੱਚ ਵੀ ਫਰਕ ਪਾ ਦਿੱਤਾ। ਜਦੋਂ ਇੱਥੇ ਗੱਲ ਕਰਦੇ ਸੀ ਮੀਟਿੰਗ ਕਰਦੇ, ਉਹ ਕਹਿੰਦੇ ਹੋ ਹੀ ਨਹੀਂ ਸਕਦਾ ਕਿ ਸਿੱਖ ਹੋ ਕੇ ਅੰਮ੍ਰਿਤਧਾਰੀ ਹੋ ਕੇ ਕਿ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰ ਦੇਵੇ। ਖਾਸ ਤੌਰ ਤੇ ਭਾਈ ਜਸਵਿੰਦਰ ਸਿੰਘ ਤੇ 31 ਨੰਬਰ ਵਾਲੇ ਦਾ ਜਦੋਂ ਨਾਂ ਲੈਂਦੇ ਸੀ ਤੇ ਉਹ ਇਹ ਕਹਿੰਦੇ ਹੋ ਹੀ ਨਹੀਂ ਸਕਦਾ। ਹੁਣ ਦੇਖੋ ਹੋ ਗਿਆ ਸਾਰਾ ਕੁਝ ਸਾਹਮਣੇ, ਹੁਣ ਕੀ ਕਹਿਣਗੇ। ਹੁਣ ਭਾਈ ਸਾਹਿਬ ਸਿੰਘਾਂ ਦੇ ਜਿਹੜੀ ਤੁਹਾਡੇ ਸਰੋਤੇ ਸਾਰੇ ਆ ਜਾਂ ਸਾਰੇ ਆਪਾਂ ਗੁਰਸਿੱਖਾਂ ਨੂੰ ਬੇਨਤੀ ਕਰ ਦਈਏ ਜਾਣਕਾਰੀ ਵਾਸਤੇ, ਇਹ ਜਿਹੜਾ ਕੇਸ ਜੇ ਇਹਨੂੰ ਇੰਨੀ ਬਰੀਕੀ ਨਾਲ ਜਾਂਚ ਕੀਤੀ ਗਈ ਜੇ ਆਈ ਜੀ ਤੋਂ ਲੈ ਕੇ ਐਸ ਐਸ ਪੀ ਐਸ ਪੀ ਡੀ ਮੈਡਮ ਅਮਨਦੀਪ ਕੌਰ ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਆ ਅਫਸਰਾਂ ਦਾ ਜਿਨ੍ਹਾਂ ਨੇ ਬਿਲਕੁਲ ਇਹ ਤੇ ਮਤਲਬ ਕਿ ਆਪਾਂ ਐਂ ਕਹਿ ਲਈਏ ਕਿ ਬੜੀ ਬਰੀਕੀ ਦੇ ਨਾਲ ਇਹ ਤੇ ਜਾਂਚ ਕਰਕੇ ਉਹਨਾਂ ਸਾਡੇ ਆਖੇ ਪਰਚਾ ਨਹੀਂ ਜੇ ਦਰਜ ਕੀਤਾ, ਉਹਨਾਂ ਨੇ ਪ੍ਰੂਫਾਂ ਦੇ ਆਧਾਰ ਤੇ ਸਾਰਾ ਕੁਝ ਬੜੀ ਬਰੀਕੀ ਨਾਲ ਜਾਂਚ ਕਰਕੇ ਤੇ ਜਦੋਂ ਇਹ ਕਲੀਅਰ ਮੰਨ ਗਏ ਆਪਣੀ ਜ਼ਬਾਨ ਤੋਂ ਤੇ ਫੇਰ ਕੀਤਾ ਜੇ। ਫਿਰ ਡੀਐਸਪੀ ਐਸਪੀ ਅਮਨਦੀਪ ਕੌਰ ਨੇ ਇਹਨਾਂ ਨੂੰ ਇਹ ਕਿਹਾ ਕਿ ਮੈਨੂੰ ਬੜਾ ਦੁੱਖ ਹੋਇਆ ਕਿ ਤੁਸੀਂ ਅੰਮ੍ਰਿਤਧਾਰੀ ਜੇ, ਮੈਂ ਅੰਮ੍ਰਿਤ ਨਹੀਂ ਛਕਿਆ ਪਰ ਮੈਨੂੰ ਬਹੁਤ ਦੁੱਖ ਹੋਇਆ ਵੀ ਤੁਸੀਂ ਆਹ ਕੰਮ ਕੀਤਾ। ਇਹ ਇਹ ਬਲਵੰਤ ਸਿੰਘ ਗੋਪਾਲਾ ਆਪਣੇ ਮੂੰਹ ਦੱਸੂਗਾ ਗੱਲਾਂ ਜੋ ਕੁਝ ਇਹਨਾਂ ਨਾਲ ਹੋਈਆਂ ਜੋ ਅਫਸਰਾਂ ਨੇ ਇਹਨਾਂ ਨੂੰ ਸ਼ਬਦ ਦਿੱਤੇ ਆ। ਹਾਂਜੀ ਹਾਂ, ਉਹਨਾਂ ਨੂੰ ਵੀ ਇੰਟਰਵਿਊ ਕਰਾਂਗੇ। ਮੈਂ ਗੱਲ ਕਰਦਾ ਵੀ ਜਿੱਦਾਂ ਤੁਸੀਂ ਇੱਥੇ ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ ਵੀ ਮੋਰੇ ਵੀ ਸਿੰਘ ਹੁੰਦੇ ਆ, ਇੱਧਰ ਵੀ ਸਿੰਘ ਹੁੰਦੇ ਆ, ਮਤਲਬ ਤੁਸੀਂ ਗੱਬੇ ਇੱਦਾਂ ਦੀ ਜਗ੍ਹਾ ਤੇ ਫਸ ਜਾਂਦੇ ਆ ਵੀ ਕਰੀਏ ਤੇ ਕੀ ਕਰੀਏ। ਇਹੋ ਹਾਲਾਤ ਵਿਦੇਸ਼ਾਂ ਦੇ ਵਿੱਚ, ਖਾਸ ਤੌਰ ਤੇ ਇੰਗਲੈਂਡ ਦੇ ਵਿੱਚ, ਅਮਰੀਕਾ ਕੈਨੇਡਾ ਦੇ ਵਿੱਚ ਹੋਏ, ਜਿਹੜੇ ਲੋਕੀ ਆਪਸ ਵਿੱਚ ਜੱਫੀਆਂ ਪਾ ਪਾ ਕੇ ਭੈਣ ਭਰਾਵਾਂ ਦੀ ਤਰ੍ਹਾਂ ਰਹਿੰਦੇ ਸੀ, ਉਹਨਾਂ ਦੇ ਵਿੱਚ ਬੈਰ ਇਸ ਗੱਲ ਨੇ ਬੈਰ ਪਵਾ ਦਿੱਤਾ ਵੀ ਹਾਂ ਵੀ ਨਹੀਂ ਇਹ ਜੀ ਜਸਵਿੰਦਰ ਸਿੰਘ ਦੇ ਦੋਸ਼ ਗਲਤ ਲਾ ਰਹੇ ਆ, ਇਹ ਆਪਣੇ 31 ਨੰਬਰ ਵਾਲੇ ਤੇ ਦੋਸ਼ ਗਲਤ ਲਾ ਰਹੇ ਆ। ਬਾਬਾ ਹਰਨਾਮ ਸਿੰਘ ਮਤਲਬ ਈਰਖਾ ਦੇ ਕਰਕੇ ਇਹਨਾਂ ਤੇ ਕੇਸ ਕਰ ਦਿੱਤਾ। ਹੁਣ ਸਾਰਾ ਕੁਛ ਤੁਸੀਂ ਤਾਂ ਕਿਸੇ ਦੀ ਸਾਈਡ ਨਹੀਂ ਲਈ, ਤੁਸੀਂ ਤਾਂ ਗੱਲ ਆਇਆਂ ਨੂੰ ਕਲੀਅਰ ਪਾਣੀ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦੱਸੇ। ਹਾਂਜੀ ਹਾਂਜੀ ਭਾਈ ਦਲੋਜਨ ਸਿੰਘ ਜੀ, ਉਹਨਾਂ ਦੀ ਵੀਡੀਓ ਬੰਦ ਆ, ਤੁਸੀਂ ਗੱਲ ਕਰੋ। ਹਾਂਜੀ 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 ਭਾਈ ਸਾਹਿਬ ਜੀ, ਮੈਂ ਸੰਗਤਾਂ ਦੀ ਜਾਣਕਾਰੀ ਵਾਸਤੇ ਜਿਹੜੀ FIR ਨੰਬਰ ਆ 95 ਆ, ਆਨਲਾਈਨ ਜਿਹੜੀ ਆ ਜੋ ਬਿਆਨ ਜੇ ਆਨਲਾਈਨ ਜੇ ਕੋਈ ਸਿੰਘ ਸ਼ੱਕ ਕਰੇ ਤੇ ਉਹ ਚਾਹੇ ਤੇ ਉਹ ਵੇਖ ਵੀ ਸਕਦਾ ਜੇ ਆਨਲਾਈਨ ਜੇ 95 ਨੰਬਰ ਮੁਕਦਮਾ ਨੰਬਰ 95। ਜੇ ਤੁਸੀਂ ਥੋੜਾ ਦੱਸਣਾ ਚਾਹੁੰਦੇ ਆ ਸਟਾਰਟਿੰਗ ਜੋ ਇੱਕ ਪਹਿਲਾ ਦੱਸ ਵੀ ਦਿਓ ਕੀ ਉਹਨਾਂ ਦੇ ਚਾਰਜ ਲੱਗੇ ਆ। ਭਾਈ ਸਾਹਿਬ ਜੀ ਜਿਹੜੀ ਤੇ ਉਹਨਾਂ ਦੇ ਧਾਰਾ ਲੱਗੀ ਆ ਉਹਦੇ 295 ਏ ਲੱਗੀ ਆ, IPC ਥਾਣਾ ਮਹਿਤਾ ਦੇ ਵਿੱਚ 200 ਜਿਹੜਾ ਹੈਗਾ ਜੇ 200 ਆਪਣਾ 95 ਨੰਬਰ ਹੈਗਾ ਜੇ ਮੁਕਦਮਾ ਨੰਬਰ 95 ਆ ਤੇ 28/6/2020 ਨੂੰ ਜਿਹੜਾ ਮੁਕਦਮਾ ਨੰਬਰ ਦਰਜ ਹੋਇਆ ਜਿਹੜੀ ਹੈਗੀ ਜੇ ਆਪਣਾ ਇਨਕੁਆਇਰੀ ਕਰਕੇ ਨਾ ਜੀ ਡੈਡੀ ਵੇਰਵੇ ਦੇ ਮੁਤਾਬਕ ਇਨਕੁਆਇਰੀ ਕਰਕੇ ਤੇ ਇਨਕੁਆਇਰੀ ਦੇ ਮੁਤਾਬਕ ਜਿਹੜਾ ਵਾ ਉਹ ਪਰਚਾ ਦਰਜ ਹੋਇਆ, ਮੈਂ ਸਕਰੀਨ ਤੇ ਵੀ ਜਿਹੜਾ ਵਾ ਵਿਖਾਉਣ ਦਾ ਯਤਨ ਕਰਦਾ ਵੀ ਇਨਕੁਆਇਰੀ ਕਰਕੇ ਤੇ ਫੇਰ ਦੱਸ ਰਿਹਾ। ਹਾਂਜੀ ਹਾਂਜੀ ਠੀਕ ਹੈ। ਹਾਂਜੀ ਇਨਕੁਆਇਰੀ ਕਰਕੇ ਨਾ ਤੇ ਫੇਰ ਆਵੇ ਪਰਚਾ ਦਰਜ ਕੀਤਾ ਗਿਆ, ਉਹ ਜਿਹੜੇ ਸਾਰੇ ਬਿਆਨ ਉਹ ਲੰਮੇ ਆ, ਇੱਕ ਬਰੀਕ ਲਿਖੇ ਆ ਥੋੜੇ ਜੇ ਮੈਨੂੰ ਐਂਡ ਲਾ ਕੇ ਪੜ੍ਹਨੇ ਪੈਣੇ। ਤੁਸੀਂ ਆਪਣੇ ਸਾਰਾ ਨੇ ਪੜ੍ਹਨ ਦੀ ਲੋੜ, ਤੁਸੀਂ ਮੈਨੂੰ WhatsApp ਤੇ ਭੇਜ ਦਿਓ, ਆਪਾਂ ਆਵਾਜ਼ ਕੌਮ ਦੇ ਜਿਹੜਾ ਉੱਪਰ ਬਾਅਦ ਦੇ ਵਿੱਚ ਇਹਨੂੰ ਪੂਰਾ ਚਾੜ ਦਾਂਗੇ, ਲਾ ਦਾਂਗੇ ਜਿਹੜਾ ਮਤਲਬ ਜੋ ਵੀ ਹੈਗਾ ਆ, ਤੁਸੀਂ ਮੈਨੂੰ ਇਹਦੀਆਂ ਕਾਪੀਆਂ ਜਿਹੜੀਆਂ WhatsApp ਤੇ ਭੇਜ ਦਿਓ। ਤੇ ਹੁਣ ਜਿੱਦਾਂ ਮਤਲਬ ਤੁਹਾਨੂੰ ਤੇ ਨਹੀਂ ਇਹ ਜਿੱਦਾਂ ਮਤਲਬ ਜਿਹੜੇ ਬੰਦੇ ਉਹਨਾਂ ਦੀ ਮਦਦ ਕਰਦੇ ਆ, ਇਹ ਤੇ ਨਹੀਂ ਕਹਿ ਰਿਹਾ ਬਈ ਤੁਹਾਨੂੰ ਸਤਿਕਾਰ ਕਮੇਟੀ ਨੂੰ ਵਿੱਚ ਨਹੀਂ ਆਉਣਾ ਚਾਹੀਦਾ ਸੀ, ਤੁਹਾਨੂੰ ਆਹ ਕੰਮ ਨਹੀਂ ਕਰਨਾ ਚਾਹੀਦਾ ਸੀ। ਹਾਂਜੀ ਬਲਵੀਰ ਸਿੰਘ ਜੀ ਵੇਖੋ ਭਾਈ ਸਾਹਿਬ ਜੀ, ਬੇਨਤੀ ਹੈ ਕਿ ਉਹ ਇੰਨੇ ਸ਼ਰਮਿੰਦੇ ਹੋਏ ਆ। ਹਾਂ ਉਦਾਂ ਵਾ ਜਿੱਦਾਂ ਪਹਿਲਾਂ ਇਹ ਗਿਆ ਵਾ ਐਸ ਪੀ, ਜਿਹੜੇ ਐਸ ਪੀ ਹੈਡਕੁਆਟਰ ਵਾ ਅਮਨਦੀਪ ਕੌਰ, ਅੱਛਾ ਉਹਨੇ ਸੱਦਿਆ ਤੇ ਉਦੋਂ ਹੀ ਬਲਵੰਤ ਸਿੰਘ ਗੋਪਾਲਾ ਨਾਲ ਗਿਆ ਇਹਦੇ, ਹੋਰ ਕੋਈ ਸਿੰਘ ਗਿਆ ਠੀਕ, ਇਹ ਨਾਲ ਨਾਲ ਹੀ ਉਹਦੇ ਤੁਰਿਆ ਫਿਰਦਾ ਰਿਹਾ ਵਾ ਸਾਥ, ਜਿੱਥੇ ਜਿੱਥੇ ਵੀ ਗਿਆ ਵਾ, ਡੀ ਐਸ ਪੀ ਜੰਡਿਆਲਾ ਗੁਰੂ ਕੋਲ ਗਿਆ, ਐਸ ਚੋ ਮਹਿਤੇ ਵੀ ਗਿਆ, ਇਹੋ ਹੀ ਗਿਆ ਬੰਦਾ। ਅਸੀਂ ਬੜੀ ਰਾਣਗੀ ਹੋ ਗਏ ਆ ਉਦਣ ਇਹਨੂੰ ਜਦੋਂ ਪੁੱਛਿਆ ਕਿ ਜਦੋਂ ਗੁਰਬਾਣੀ ਦਾ ਕਿਤੇ ਨਿਰਾਦਰ ਹੁੰਦਾ ਰਿਹਾ ਵਾ, ਤੁਸੀਂ ਸਾਡੇ ਨਾਲ, ਅਸੀਂ ਤੁਹਾਡੇ ਨਾਲ ਜਾਂਦੇ ਰਹੇ ਬਲਵੰਤ ਸਿੰਘ ਜੀ, ਉਦੋਂ ਜਾਂਦੇ ਇਹਨਾਂ ਨੂੰ ਬਖਸ਼ਣਾ ਨੀ, ਆਪਾਂ ਛੱਡਣਾ ਨੀ ਇਹਨਾਂ ਨੂੰ ਜਿਹਨਾਂ ਨੇ ਗੁਰਬਾਣੀ ਦਾ ਨਿਰਾਦਰ ਕੀਤਾ। ਅੱਜ ਤੁਸੀਂ ਨਿਰਾਦਰ ਕਰਨ ਵਾਲੇ ਬੰਦੇ ਦੇ ਨਾਲ ਤੁਰੇ ਫਿਰਦੇ ਜੀ, ਕਿਹੜੀ ਗੱਲੋਂ ਤੁਰੇ ਫਿਰਦੇ ਜੀ? ਸਾਨੂੰ ਬੜੀ ਰਾਣਗੀ ਆਈ ਆ, ਬਹੁਤ ਸਾਨੂੰ ਦੁੱਖ ਲੱਗਾ। ਅਸੀਂ ਇਹ ਮਸਲਾ ਜਿਹੜਾ ਆ ਰਿਹਾ ਭਾਈ, ਸਾਰੇ ਸਿੰਘਾਂ ਨੇ ਗੁਰਮਤਾ ਕੀਤਾ ਕਿ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਜਾਂਦੇ ਆ, ਉੱਥੇ ਜਾ ਕੇ ਜੇਕਰ ਉਹ ਬਹਿ ਕੇ ਨਿਬੇੜ ਦੇਵਣਗੇ ਸੱਦ ਕੇ, ਇਹ ਮਾਫ਼ੀ ਮੰਗ ਲੂਗਾ ਸ੍ਰੀ ਅਕਾਲ ਤਖਤ ਸਾਹਿਬ ਆਣ ਕੇ, ਤੇ ਫਿਰ ਅਸੀਂ ਕਾਨੂੰਨੀ ਕਾਰਵਾਈ ਨਹੀਂ ਕਰਾਵਾਂਗੇ ਇਹਤੇ। ਪਰ ਇਹਦੇ ਉਲਟਾ ਜਾ ਕੇ ਜਦੋਂ ਅਸੀਂ ਮੰਗ ਪੱਤਰ ਦੇ ਕੇ ਆਏ ਤੇ ਇਹ ਮੰਗ ਪੱਤਰ ਦੇ ਕੇ ਆਇਆ ਉੱਥੇ ਜਾ ਕੇ ਆਪਣਾ ਸਾਫ਼ ਹੋਣ ਵਾਸਤੇ ਕਿ ਜਸਵਿੰਦਰ ਸਿੰਘ ਨੂੰ ਕੋਰਟ ਵੱਲੋਂ ਦੋਸ਼ੀ ਠਹਿਰਾਇਆ ਗਿਆ ਵਾ ਤੇ ਮੈਂ ਬੇਦੋਸ਼ਾ ਵਾਂ, ਮੇਰੇ ਤੇ ਝੂਠੇ ਇਲਜ਼ਾਮ, ਸਤਿਕਾਰ ਕਮੇਟੀ ਮੈਨੂੰ ਬਦਨਾਮ ਕਰ ਰਹੀ ਆ,
ਸਾਡੇ ਪਰਿਵਾਰ ਦੀ ਕੁਰਬਾਨੀ ਹੈ, ਈਰਖਾ ਵਸ ਹੋ ਕੇ ਮੇਰੇ ਨਾਲ ਡਹਿ ਜਾਏ ਕੰਮ ਕਰਨ। ਤੇ ਭਾਈ ਜਿਹੜਾ ਸੁਖਦੇਵ ਸਿੰਘ ਨਾਗੋਕੇ ਆ ਉਹ ਸਾਡੇ ਦੇ ਉਲਟਾ ਲਿਜਾਉਣ ਲਾ ਰਿਹਾ, ਉਹਨੂੰ ਅੱਜ ਅਸੀਂ ਪੁੱਛਦੇ ਹਾਂ ਜਾਂ ਸੰਗਤ ਨੂੰ ਮੇਰੀ ਬੇਨਤੀ ਆ, ਅਸੀਂ ਕਿਸੇ ਨੂੰ ਕਿਉਂਕਿ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ, ਕਿਉਂਕਿ ਸਾਨੂੰ ਲੋਕ ਸਵਾਲ ਕਰਦੇ ਆ ਕਿ ਵੇਖੋ ਜਦੋਂ ਤੁਹਾਡੇ ਨਿਰਾਦਰ ਕਰਨ, ਵੇਖੋ ਅੱਜ ਵੀ ਮਸਲੇ ਬਹੁਤ ਸਾਡੇ ਤੇ ਲੋਕਾਂ ਨੇ ਜਿਹੜੇ 267 ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੱਭ ਨੀ ਰਹੇ, ਹਿਸਾਬ ਕਿਤਾਬ ਚ ਆ ਨੀ ਰਹੇ, ਉਹਦਾ ਧਿਆਨ ਹਟਾ ਕੇ ਲੋਕਾਂ ਦਾ ਉਹ ਸਾਡੇ ਵੱਲ ਕਰਨਾ ਚਾਹੁੰਦੇ ਆ। ਤੇ ਇਹ ਜਿਹੜੀ ਗੱਲ ਹੀ ਆ, ਜਿੱਥੇ ਕਿਉਂਕਿ ਜਿਹੜੀ ਸਤਿਗੁਰਾਂ ਦੀ ਬਾਣੀ ਆ, ਇੱਥੇ ਕਿਸੇ ਲਿਹਾਜ਼ ਨੀ ਹੋਣਾ, ਕਿਸੇ ਗਰੀਬ ਦੇ ਨਾਲ ਧੱਕਾ ਕਰਾਂਗੇ ਆ ਉਹਦਾ ਵੀ ਲੇਖਾ ਦੇਣਾ ਪੈਣਾ। ਤੇ ਇਹ ਸਤਿਗੁਰਾਂ ਦੀ ਪਵਿੱਤਰ ਬਾਣੀ ਜਿਹੜੀ ਮਨਮੁੱਖ ਨੂੰ ਗੁਰਸਿੱਖ ਬਣਾ ਦਿੰਦੀ ਆ, ਸੰਤ ਛਪਾਈ ਬਣਾ ਦਿੰਦੀ, ਜੀਵਨ ਬਦਲ ਦਿੰਦੀ ਆ। ਜਿਨ੍ਹਾਂ ਨੇ ਗੁਰਬਾਣੀ ਦਾ ਉਲਟਾ ਆਸਰਾ ਲਿਆ ਉਹਨਾਂ ਨੂੰ ਅੰਗਰੇਜ਼ਾਂ ਨੂੰ ਪੁੱਛ ਕੇ ਵੇਖੀਏ, ਤੇ ਇਹਦੇ ਗੁਰਬਾਣੀ ਧੁਰੋਂ ਆਈ, ਇਹਦਾ ਸਤਿਕਾਰ ਕਰਨਾ। ਜਿੰਨਾ ਸਤਿਕਾਰ ਕਰਾਂਗੇ ਆ ਤੇ ਮਹਾਂਪੁਰਸ਼ ਭਜਨ ਕਰਦੇ ਬਾਬਾ ਨਾਨਕ ਸਿੰਘ ਜੀ ਕਿ 12 ਗੁਣਾ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਉਹਦਾ ਜ਼ਿਆਦਾ ਸਤਿਕਾਰ ਹੋਊਗਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਸਤਿਕਾਰ ਕਰੂਗਾ। ਅਸੀਂ ਈਰਖਾ ਵਸ ਹੋ ਗਏ, ਮਸ਼ਹੂਰ ਦੁਕਾਨ ਵਾ ਇਹਦੀ ਅੰਬਰਸਰ ਦਰਬਾਰ ਸਾਹਿਬ ਦੇ ਬਿਲਕੁਲ ਨਵੀਂ ਜਿਹੜੀ ਮਾਰਕੀਟ ਬਣੀ ਉਹਦੇ ਵਿੱਚ, ਇਹਨੂੰ 31 ਨੰਬਰ ਕਰਕੇ ਬਹੁਤ ਮਸ਼ਹੂਰ ਆ। ਉੱਥੇ ਹੀ ਇੱਕ ਕਾਰ ਵੇਚ ਰਿਹਾ, ਧਾਰਮਿਕ ਚਿੰਨ ਵੇਚ ਰਿਹਾ, ਗਾਤਰੇ ਵੇਚ ਰਿਹਾ ਵਾ, ਸ੍ਰੀ ਸਭਾ ਟਕਸਾਲ ਦੀਆਂ ਵੇਚ ਰਿਹਾ ਵਾ, ਨਿਤਨੇ ਮਾਰੀਆਂ ਪੋਥੀਆਂ ਇਹ ਵੇਚ ਰਿਹਾ ਵਾ, ਧਾਰਮਿਕ ਲਿਟਰੇਚਰ ਇਹ ਉੱਥੇ ਵੇਚ ਰਿਹਾ ਵਾ, ਰਸਾਲੇ ਇਹ ਵੇਚ ਰਿਹਾ। ਹਾਂਜੀ, ਇਹਨੇ ਫਿਰ ਇਹ ਵੀ ਗੱਲ ਕਹੀ ਕਿ ਮੇਰੇ ਕੋਲ ਤੇ ਆਮ ਹੀ ਗੁਟਕੇ ਸਾਹਿਬ ਚੂਹੇ ਟੁੱਕ ਜਾਂਦੇ ਨੇ, ਆਮ ਹੀ ਮੈਂ ਤੇ ਘਰੇ ਸਤਿਕਾਰ ਕਰ ਦਿੰਦਾ ਵਾ। ਇਹ ਸਿੰਘਾਂ ਦੇ ਵਿੱਚ ਬਹਿ ਕੇ ਗੱਲ ਕੀਤੀ, ਸਾਡੇ ਕੋਲ ਵੀਡੀਓ ਸਾਰੀਆਂ ਭਾਈ ਤਰਲੋਚਨ ਸਿੰਘ ਦੇ ਕੋਲ ਤੁਹਾਡੇ ਕੋਲ ਹੈਗੀਆਂ ਵਾ, ਅਸੀਂ ਸਾਰੀਆਂ ਸਾਹਮਣੇ ਰੱਖੀਆਂ ਵਾ, ਅਸੀਂ ਉਹ ਵੀ ਸੰਗਤ ਦੇ ਸਾਹਮਣੇ ਕਰਾਂਗੇ ਕਿ ਜਿਹੜੀਆਂ ਇਸ ਬੰਦੇ ਨੇ ਉਹ ਸਮੇਂ ਟੀਚਰਾਂ ਦੇ ਨਾਲ ਹੱਸ ਕੇ ਫਿਰ ਹੱਸ ਕੇ ਗੱਲਾਂ ਕਰ ਰਿਹਾ। ਇਹ ਨੀ ਕਹਿ ਰਿਹਾ ਕਿ ਮੇਰੇ ਕੋਲ ਬੜੀ ਵੱਡੀ ਗਲਤੀ ਹੋ ਗਈ, ਵਿਗਿਆ ਹੋ ਗਈ ਆ, ਮੈਨੂੰ ਮਾਫ਼ ਕਰ ਦਿਓ। ਮਤਲਬ ਭਾਈ, ਹਾਂਜੀ ਭਾਈ ਤਰਲੋਚਨ ਸਿੰਘ ਜੀ, ਇਹ ਹੋ ਗਿਆ ਕਿ ਦੀਵੇ ਥੱਲੇ ਹਨੇਰਾ। ਬਿਲਕੁਲ ਜੀ, ਬਿਲਕੁਲ। ਬੇਨਤੀ ਕਰਨੀ ਚਾਹੁੰਦਾ ਜਿਵੇਂ ਭਾਈ ਸਾਹਿਬ ਨੇ ਕੀਤੀ ਆ ਕਿ ਆਪਾਂ ਨੂੰ ਗੁਰੂ ਦੇ ਸਿੱਖ ਬਣ ਕੇ ਤੇ ਗੁਰੂ ਤੇ ਭਰੋਸਾ ਰੱਖ ਕੇ ਜਿਹੜਾ ਵਾ ਉਹ ਇਕਮੁੱਠ ਹੋ ਕੇ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ, ਪੰਥ ਵਾਸਤੇ, ਪੰਥਕ ਮੁੱਦਿਆਂ ਵਾਸਤੇ ਜਿਹੜਾ ਆਪਾਂ ਨੂੰ ਅੱਗੇ ਆਉਣਾ ਚਾਹੀਦਾ, ਰਲ ਕੇ ਆਪਾਂ ਨੂੰ ਜਿਹੜਾ ਵਾ ਗੁਰੂ ਸਾਹਿਬ ਦੀ ਸੇਵਾ ਸੰਭਾਲ ਜਿਹੜੀ ਉਹ ਕਰਨੀ ਚਾਹੀਦੀ ਹੈ। ਠੀਕ ਹੈ, ਤੇ ਬਹੁਤ ਸੰਗਤਾਂ ਸਾਡੇ ਨਾਲ ਬਾਅਦ ਚ ਜੁੜੀਆਂ ਹੋਊਗੀਆਂ, ਤੇ ਮੈਂ ਚਾਹੁੰਦਾ ਕਿ ਜਿਹੜਾ ਆਪਾਂ ਸਟਾਰਟ ਕੀਤਾ ਸੀਗਾ ਗੁਟਕਾ ਸਾਹਿਬ ਦੀ ਬੇਅਦਬੀ ਦਾ, ਬਈ ਉਹ ਜਿਹੜਾ ਉਹਦੀ ਇੱਕ ਵਾਰੀ ਥੋੜੀ ਜਿਹੀ ਸੰਖੇਪ ਰੂਪ ਦੇ ਵਿੱਚ ਇੱਕ ਵਾਰੀ ਡਿਟੇਲ ਫਿਰ ਦੱਸ ਦਿਓ ਭਾਈ ਸਾਹਿਬ ਜੀ। ਗੁਟਕਾ ਸਾਹਿਬ ਦਾ ਜਿਹੜੀ ਆ ਪਿਛਲੇ ਦਿਨੀ ਜਿਹੜਾ ਪਰਚਾ ਦਰਜ ਹੋਇਆ ਵਾ 28/6/2020 ਨੂੰ ਮਹਿਤੇ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ, ਜਿਹੜੀ ਕਿ ਵੀਡੀਓ ਵਾਇਰਲ ਹੁੰਦੀ ਆ ਭਾਈ ਜਸਵਿੰਦਰ ਸਿੰਘ ਨਿਹੰਗ ਸਿੰਘ ਦੇ ਨਾਂ ਤੋਂ ਅਕਾਊਂਟ ਤੋਂ, ਤੇ ਉਹ ਜਿਹੜੀ ਬੇਅਦਬੀ ਹੋਈ ਸੀ ਉਹਦੇ ਵਿੱਚ ਜਸਵਿੰਦਰ ਸਿੰਘ ਤੇ ਮਹਿਤੇ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਸੀਗਾ। ਉਸ ਤੋਂ ਬਾਅਦ ਇਹ ਸੀਗਾ ਜਿਹੜੀ ਵੀਡੀਓ ਬਣਾਈ ਸੀ ਉਹ, ਕਿਉਂਕਿ ਜਸਵਿੰਦਰ ਸਿੰਘ ਨੂੰ ਵੀਡੀਓ ਪਾਈ ਗਈ ਸੀ, ਉਹਨੇ ਗੁਰਕਾ ਸਾਹਿਬ ਨਹੀਂ ਵੇਖਿਆ ਸੀ ਤੇ ਨਾ ਉਹਦੇ ਕੋਲ ਸੀ। ਜਿਹੜੀ ਗੁਰਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ, ਉਹਦੀ ਜਿਲਤ ਬਦਲਣ ਵਾਲਾ ਜੋ ਕੁਝ ਕੀਤਾ ਵਾ, ਘੜਾਉਣੀ ਹਰਕਤ ਕੀਤੀ ਆ, ਉਹ ਸੁਖਦੇਵ ਸਿੰਘ ਨਾਗੋਕੇ 31 ਨੰਬਰ ਵਾਲੇ ਨੇ ਕੀਤੀ ਸੀ, ਤੇ ਨਾਲ ਉਹਦੀ ਵੀਡੀਓ ਜਿਹੜੀ ਬਣਾਈ ਸੀ ਉਹ ਮਾਨਕ ਮੁੰਡਾ ਜਿਹੜਾ ਉਹਦੀ ਦੁਕਾਨ ਤੇ ਲੱਗਾ ਵਾ ਉਹਨੇ ਬਣਾਈ ਸੀ। ਉਹ ਜਿਹੜਾ ਵਾ ਜਦੋਂ ਅਸੀਂ ਉਹਦੇ ਤੇ ਸਾਨੂੰ ਸਬੂਤ ਮਿਲ ਗਏ, ਸਬੂਤਾਂ ਤੋਂ ਬਾਅਦ ਉਦੋਂ ਬਾਅਦ ਅਸੀਂ ਇੱਕ ਦਰਖਾਸਤ ਦਿੱਤੀ ਆਈ ਜੀ ਦੇ, ਆਈ ਜੀ ਨੇ ਐਸ ਐਸ ਪੀ ਨੂੰ ਮਾਰਕ ਕੀਤੀ। ਉਹ ਅਫਸਰਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹਨਾਂ ਅਫਸਰਾਂ ਨੇ ਬੜੀ ਬਰੀਕੀ ਦੇ ਨਾਲ ਸਾਰੀ ਜਾਂਚ ਪੜਤਾਲ ਕੀਤੀ, ਤੇ ਜਾਂਚ ਪੜਤਾਲ ਤੋਂ ਬਾਅਦ ਸਾਡੇ ਵੀ ਬਿਆਨ ਹੋਏ ਆ, ਸਾਡੇ ਕੋਲ ਸਬੂਤ ਲਏ ਗਏ ਆ ਜੰਡਿਆਲਾ ਗੁਰੂ ਡੀ ਐਸ ਪੀ ਨੇ। ਉਸ ਤੋਂ ਬਾਅਦ ਸੁਖਦੇਵ ਸਿੰਘ ਨਾਗੋਕੇ ਨੂੰ ਬੁਲਾਇਆ ਗਿਆ, ਉੱਥੇ ਉਹਦੇ ਬਿਆਨ ਲਏ ਗਏ, ਉਹਨੇ ਆਪਣੇ ਬਿਆਨਾਂ ਦੇ ਵਿੱਚ ਕਬੂਲ ਕਰ ਲਿਆ ਕਿ ਇਹ ਜਿਹੜੀ ਬੇਅਦਬੀ ਆ ਇਹ ਮੈਂ ਕੀਤੀ। ਉਹਨੇ ਆਪਣੇ ਬਿਆਨ ਜਦੋਂ ਕਬੂਲ ਕਰ ਲਿਆ ਤੇ ਉਹਦੇ ਤੇ ਉਸ ਤੋਂ ਬਾਅਦ ਉਹਦੇ ਨਾਲ ਕਰਿੰਦਾ ਜਿਹੜਾ ਮਾਨਕ ਆ ਉਹਨੂੰ ਬੁਲਾਇਆ ਗਿਆ, ਉਹਨੇ ਵੀ ਆਪਣੇ ਬਿਆਨਾਂ ਦੇ ਵਿੱਚ ਕਬੂਲ ਕੀਤਾ ਕਿ ਵੀਡੀਓ ਮੈਂ ਬਣਾ ਰਿਹਾ ਤੇ ਸਾਡੀ ਦੁਕਾਨ ਤੇ ਇਹ ਘਟਨਾ ਵਾਪਰੀ ਆ। ਉਹ ਜਿਹੜੀ ਆ ਉਹ ਜਦੋਂ ਉਹਨਾਂ ਦੇ ਬਿਆਨਾਂ ਤੋਂ ਬਾਅਦ ਸਾਡੇ ਬਿਆਨ ਵੀ ਲੈ ਕੇ ਤੇ ਉਹ ਪੁਲਿਸ ਨੇ ਜਿਹੜਾ ਵਾ ਉਹਨਾਂ ਨੂੰ ਉਸੇ ਪਰਚੇ ਦੇ ਵਿੱਚ 95 ਨੰਬਰ ਐਫ ਆਈ ਆਰ ਆ ਮਹਿਤੇ ਥਾਣੇ ਦੀ ਉਹਦੇ ਵਿੱਚ, ਹਾਂਜੀ ਉਹਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਕੇ ਤੇ ਉਹਨੂੰ ਇੱਕ ਦਿਨ ਹਵਾਲਾ ਚ ਵੀ ਰੱਖਿਆ ਗਿਆ। ਉਦਣ ਪਰਚਾ ਦਰਜ ਕਰਨ ਤੋਂ ਪਹਿਲਾਂ ਦੀ ਗੱਲ ਸੀਗੀ। ਉਸ ਤੋਂ ਬਾਅਦ ਹੁਣ ਜਦੋਂ ਇਹ ਪਰਚੇ ਦੀ ਸਾਨੂੰ ਪਰਸੋਂ ਮਿਲ ਗਈ ਆ ਕਾਪੀ,
ਅਸੀਂ ਉੱਥੇ ਪਹੁੰਚੇ ਸੀਗੇ ਤੇ ਉਹ ਇਹਨਾਂ ਨੂੰ ਵੀ ਪਤਾ ਲੱਗ ਗਿਆ, ਇਹਨੇ ਆਪਣੀ ਬਾਹਰੋਂ ਬਾਹਰ ਜਮਾਨਤ ਲਾਈ ਆ ਸੁਖਦੇਵ ਸਿੰਘ ਨੇ। ਉਹ ਖੈਰ ਵੇਖੋ ਹੁਣ ਅਦਾਲਤ ਦਾ ਮੈਟਰ ਆ ਵੀ ਅਦਾਲਤ ਜਮਾਨਤ ਦਿੰਦੀ ਆ, ਤੇ ਜਦੋਂ ਪੁਲਿਸ ਰੇਡ ਕਰਨ ਆਈ ਆ ਤੇ ਇਹ ਇਹਦਾ ਪਿਤਾ ਜਿਹੜਾ ਵਾ ਉਹ ਚੜ੍ਹਾਈ ਕਰ ਗਿਆ ਸੀ। ਉਹ SHO ਸਾਹਿਬ ਨੇ ਸਾਨੂੰ ਦੱਸਿਆ ਕਿ ਇਹੋ ਜਿਹੀ ਦੁਖਦਾਈ ਘਟਨਾ ਤੇ ਮੈਂ ਉਹਨੂੰ ਅਰੈਸਟ ਨਹੀਂ ਕਰ ਸਕਿਆ ਤੇ ਉਹਨੇ ਜਮਾਨਤ ਲਾਈ ਆ ਤੇ ਕੋਸ਼ਿਸ਼ ਕਰਾਂਗੇ ਅਸੀਂ। ਹੁਣ ਵਕੀਲ ਕੀਤਾ ਵਾ ਸਿੰਘਾਂ ਨੇ ਰਲ ਮਿਲ ਕੇ ਤੇ ਉਹ ਵਕੀਲ ਖੜਾ ਕੀਤਾ ਵਾ ਕਿ ਇਹਦੀ ਜਮਾਨਤ ਨਾ ਹੋਵੇ। ਤੇ ਅਗਲੀ ਗੱਲ ਜਿਹੜੀ ਆ 164 ਦੇ ਬਿਆਨ ਇਹਨੇ ਦਿੱਤੇ ਆ ਕਿ ਮੈਂ ਗੁਰਕਾ ਸਾਹਿਬ ਜਿਹੜਾ ਉਹ ਜਸਵਿੰਦਰ ਸਿੰਘ ਵਾਲੀ ਜੋ ਕਹਾਣੀ ਸਰਕਾਰੀ ਬਿਆਨ ਅਦਾਲਤ ਨੂੰ ਇਹਨੇ ਗੁੰਮਰਾਹ ਕੀਤਾ, ਉਹ ਵੀ ਅਸੀਂ ਕਾਰਵਾਈ ਤੇ ਪੈਰਵਾਈ ਕਰਕੇ ਅਸੀਂ ਉਹ ਵੀ ਵਕੀਲ ਖੜਾ ਕਰਕੇ ਕਿ ਇੱਕ ਬਿਆਨ ਇਹਨੇ ਉਹ ਦਿੱਤੇ ਆ, ਇੱਕ ਬਿਆਨ ਇਹ ਇਹ ਜਿਹੜੇ ਆ, ਤੇ ਉਹਦੇ ਵਿੱਚ ਇਹ ਅਸੀਂ ਸੰਗਤਾਂ ਦੇ ਸਾਹਮਣੇ ਉਹ ਗੱਲ ਰੱਖਣੀ ਚਾਹੁੰਦੇ ਹਾਂ ਕਿ ਸਾਬਤ ਹੋ ਗਿਆ। ਭਾਈ ਤਰਲੋਚਨ ਸਿੰਘ ਜੀ, ਇੱਥੇ ਮੇਰੇ ਦਿਮਾਗ 'ਚ ਇਹ ਗੱਲ ਆਉਂਦੀ ਹੈ, ਜਿਹੜਾ ਗੁਟਕਾ ਸਾਹਿਬ ਵੀਡੀਓ ਬਣਾਈ ਹੈ, ਜਦੋਂ ਫਿਰ ਉਹ ਇੱਕ ਗੁਟਕਾ ਸਾਹਿਬ ਤਾਂ ਨਹੀਂ ਹੋਊਗਾ, ਦੋ ਗੁਟਕਾ ਸਾਹਿਬ ਹੋਊਗੇ? ਬਿਲਕੁਲ ਜੀ, ਬਿਲਕੁਲ ਜੀ, ਦੋ ਗੁਟਕਾ ਸਾਹਿਬ ਆ, ਇੱਕ ਗੁਟਕਾ ਸਾਹਿਬ ਉਹ ਨੇ ਜਿੱਤੇ ਬ੍ਰਹਮ ਕਬਜ਼ ਦੀ ਬਾਣੀ ਆ ਜਿਹੜੀ ਕੋਈ ਨਿਹੰਗ ਸਿੰਘ ਸੰਸਥਾ ਦਾ ਛਪਿਆ ਹੋਊਗਾ ਜਾਂ ਹੋਰ ਕਿਸੇ, ਸਾਨੂੰ ਨਹੀਂ ਪਤਾ ਕਿਉਂਕਿ ਬਹੁਤੀ ਜਾਣਕਾਰੀ ਨਹੀਂ ਗੀ, ਪਰ ਇੱਕ ਗੁਰਕਾ ਸਾਹਿਬ ਉਹ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਦੇ ਨਾਂ ਤੇ ਜਿਹਦਾ ਉਹ ਉੱਤੇ ਲੋਗੋ ਆ ਤੇ ਦਮਦਮੀ ਟਕਸਾਲ ਦਾ ਛਪਿਆ ਹੋਇਆ ਵਾ, ਬਾਹਰੀ ਜਿਲਤ ਜਿਹੜੀ ਆਪਾਂ ਬਾਹਰੀ ਅੰਗ ਕਹਿ ਦਿੰਦੇ ਹਾਂ ਉਹ ਲੱਗਾ ਵਾ ਉੱਤੇ। ਉਹ ਜਦੋਂ ਤੁਸੀਂ ਗੁਰਕਾ ਸਾਹਿਬ ਦੀ ਵੀਡੀਓ ਵੇਖੋਗੇ ਉਹ ਤੁਹਾਨੂੰ ਬਿਲਕੁਲ ਪਤਾ ਲੱਗੂਗਾ, ਜਦੋਂ ਪਹਿਲਾ ਪਹਿਲਾ ਵੱਖਰਾ ਹੋ ਜਾਊਗਾ ਉਹਦਾ ਬਾਹਰੀ ਅੰਗ, ਉਹ ਇੱਕ ਗੁਰਕਾ ਸਾਹਿਬ ਦੀ ਜਿਲਤ ਲਾਈ ਗਈ ਆ ਤੇ ਦੂਜਾ ਗੁਰਕਾ ਸਾਹਿਬ ਤੇ ਲਾਈ ਗਈ ਆ, ਦੋ ਗੁਰਕਾ ਸਾਹਿਬ ਦੀ ਬੇਅਦਬੀ ਹੋਈ। ਹਾਂ, ਦੋ ਇੱਕ ਗੁਰਕਾ ਸਾਹਿਬ ਦੀ ਬੇਅਦਬੀ ਨਹੀਂ ਹੋਈ, ਦੋ ਗੁਰਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਆ, ਦੋ ਦੀ ਹੋਈ। ਹਾਂ, ਦੋ ਦੀ ਹੋਈ ਆ ਜੀ। ਹਾਂਜੀ, ਤੇ ਚਲੋ ਧੰਨਵਾਦ ਤੁਹਾਡਾ, ਤੁਸੀਂ ਬਹੁਤ ਸਮਾਂ ਕੱਢਿਆ ਸਾਡੇ ਲਈ ਦਰਸ਼ਕਾਂ ਵਾਸਤੇ, ਤੇ ਆਖਰ ਦੇ ਵਿੱਚ ਕੋਈ ਗੱਲ ਰਹਿ ਗਈ ਹੋਵੇ ਕਹਿਣੀ ਚਾਹੁੰਦੇ ਤਾਂ ਕਹਿ ਸਕਦੇ। ਚੜ੍ਹਦੀ ਕਲਾ ਜੀ, ਸੰਗਤਾਂ ਨੂੰ ਇਹੋ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸੰਗਤਾਂ ਜਿਹੜੀਆਂ ਵਾ ਉਹ ਗੁਰੂ ਸਾਹਿਬ ਨੂੰ ਆਪਣੇ ਧੜੇਬੰਦੀ ਤੋਂ, ਜਿਹੜਾ ਖਾਸ ਕਰਕੇ ਦਮਦਮੀ ਟਕਸਾਲ ਦੇ ਸਿੰਘ ਆ, ਉਹਨਾਂ ਨੂੰ ਖਾਸ ਕਰਕੇ ਬੇਨਤੀ ਆ ਕਿ ਇਹਨਾਂ ਮੁੱਦਿਆਂ ਤੇ ਜਦੋਂ ਜਿਹੜਾ ਇਹ ਜਿਵੇਂ ਮੁੱਦਾ ਆਇਆ ਤੇ ਆਪਣੀ ਧੜੇਬੰਦੀ ਨੂੰ ਆਪਾਂ ਲਾਗੇ ਨਾ ਸਮਝੀਏ, ਆਪਾਂ ਗੁਰੂ ਨੂੰ ਤੇ ਧਰਮ ਨੂੰ, ਕਿਉਂਕਿ ਤੁਹਾਡੇ ਤੋਂ ਸੇਧ ਲੈਣੀ ਆ ਤੁਸੀਂ ਜਿਹੜੇ ਕਥਾਵਾਚਕ ਪ੍ਰਚਾਰਕ ਸਿੰਘ, ਜੇ ਤੁਸੀਂ ਇਤਿਹਾਸ ਸੁਣਾਉਂਦੇ ਜੇ ਪੁਰਾਤਨ ਸਿੰਘਾਂ ਦਾ, ਤੇ ਸਾਨੂੰ ਖੁਦ ਨੂੰ ਵੀ ਪੁਰਾਤਨ ਸਿੰਘਾਂ ਤੋਂ ਸੇਧ ਲੈਣੀ ਚਾਹੀਦੀ ਆ ਕਿ ਪੁਰਾਤਨ ਸਿੰਘਾਂ ਨੇ ਸਿੱਖੀ ਵਾਸਤੇ ਕੀ ਕੀਤਾ ਸੀ ਤੇ ਅਸੀਂ ਕੀ ਕਰ ਰਹੇ ਹਾਂ। ਇਹ ਤੇ ਸਾਨੂੰ ਜ਼ਰੂਰ ਝਾਤ ਮਾਰਨੀ ਚਾਹੀਦੀ ਆ ਤੇ ਸਾਨੂੰ ਇੱਕ ਦੂਜੇ ਦੀਆਂ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਇੱਕ ਦੂਜੇ ਦੀਆਂ, ਜੇ ਕਿ ਅਸੀਂ ਉਹਦਾ ਮਦਦ ਨਹੀਂ ਕਰ ਸਕਦੇ, ਜੇ ਕੋਈ ਪੰਥ ਦਾ ਕੰਮ ਕਰਦਾ ਵਾ ਜਾਂ ਕੋਈ ਦਰਦ ਲੈ ਕੇ ਕਰਦਾ ਵਾ ਤੇ ਉਹਦੇ ਨਾਲ ਉਹਦੇ ਵਿਚਾਰ ਸੁਣ ਕੇ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਣਾ ਚਾਹੀਦਾ। ਕਈ ਵਾਰੀ ਅਸੀਂ ਇਹ ਦਾਵਾ ਕਰਨ ਲੱਗ ਪੈਂਦੇ ਹਾਂ ਜੀ ਇਹ ਮਤਲਬ ਮਹਾਂਪੁਰਖਾਂ ਦਾ ਇਹ ਰਿਸ਼ਤੇਦਾਰ ਆ, ਇਹ ਨਾ ਤੇ ਗੱਲ ਤਾਂ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸੋਚ ਦੀ ਕਰਦੇ ਹਾਂ, ਉਹਨਾਂ ਦੇ ਨਕਸ਼ੇ ਕਦਮ ਦੇ ਚੱਲਣ ਦੀ ਕਰਦੇ ਹਾਂ, ਪਰ ਕਈ ਵਾਰੀ ਫਿਰ ਜਦੋਂ ਰਿਸ਼ਤੇਦਾਰੀ ਆ ਜਾਂਦੀ ਉੱਥੇ ਅਸੀਂ ਰਿਸ਼ਤੇਦਾਰੀਆਂ ਕੱਢ ਕੇ ਕਹਿੰਦੇ ਨੇ ਜੀ ਇਹ ਨਹੀਂ ਇਹ ਕੰਮ ਕਰ ਸਕਦਾ, ਇਹ ਚੀਜ਼ਾਂ ਵੀ ਸਾਨੂੰ ਕਈ ਵਾਰੀ ਮਾਰਦੀਆਂ। ਜੀ ਭਾਈ ਸਾਹਿਬ ਜੀ, ਜੇ ਤੇ ਪੁਰਾਤਨ ਸਮੇਂ ਚ ਇਹ ਸਿੰਘ ਹੁੰਦੇ ਨਾਲ ਗੁਰੂ ਸਾਹਿਬਾਂ ਦੇ ਵੇਲੇ, ਮੈਂ ਆਪ ਜੀ ਨੂੰ ਇਹ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਮੈਂ ਇੱਕ ਜ਼ਿਮੀਦਾਰ ਬੰਦਾ ਵਾ, ਮੈਂ ਕੋਈ ਪ੍ਰਚਾਰਕ ਨਹੀਂ ਗਾ, ਮੈਂ ਸਿਰਫ ਨੇਕਨੇਮ ਦੀ ਸੰਥਿਆ ਲਈ ਆ ਤੇ ਮੈਂ ਜ਼ਿਮੀਦਾਰ, ਮੈਨੂੰ ਜ਼ਿਆਦਾ ਇਤਿਹਾਸ ਬਾਰੇ ਪਤਾ ਨਹੀਂ, ਪਰ ਜਦੋਂ ਆਪ ਜੀ ਨੂੰ ਭਾਈ ਸਾਹਿਬ ਜੀ ਜਾਣਕਾਰੀ ਹੋਊ ਕਿ ਗੁਰੂ ਸਾਹਿਬਾਂ ਦੇ ਵੇਲੇ ਜਦੋਂ ਇਹ ਰਾਮ ਰਾਏ ਜੀ ਨੇ ਸ਼ਾਇਦ ਇੱਕ ਜਿਹੜੀ ਤੋਕ ਬਦਲੀ ਸੀਗੀ ਤੇ ਉਹਦੇ ਨਾਲ ਕੀ ਵਿਹਾਰ ਕੀਤਾ ਗਿਆ ਸੀ ਤੇ ਗੁਰੂ ਸਾਹਿਬਾਂ ਨੇ, ਤੇ ਜੇਕਰ ਮੰਨ ਲਓ ਇਹ ਸਿੱਖ ਜੇ ਉਸ ਸਮੇਂ ਤੇ ਗੁਰੂ ਸਾਹਿਬ ਦੇ ਨਾਲ ਹੁੰਦੇ ਤੇ ਸ਼ਾਇਦ ਇਹੋ ਜਿਹੀ ਸਲਾਹ ਦਿੰਦੇ ਵੀ ਕੋਈ ਗੱਲ ਨਹੀਂ ਜੀ ਇਹ ਇਹ ਗਲਤੀ ਹੋ ਗਈ ਆ, ਆਪਾਂ ਨੂੰ ਪਰ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਆ, ਗੁਰੂ ਸਾਹਿਬਾਂ ਨੂੰ ਸਿਆਣੇ ਨਹੀਂ ਬਣਨਾ ਚਾਹੀਦਾ। ਹਾਂ, ਇਹ ਵੀ ਕਹਿ ਸਕਦੇ ਸੀ ਗੁਰੂ ਮਤਲਬ ਜਦੋਂ ਅਰਜਨ ਗੁਰੂ ਰਾਮਦਾਸ ਦੇ ਸਪੁੱਤਰ ਇੱਕ ਪਾਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਦੂਸਰੇ ਪਾਸੇ ਪਿਰਥੀ ਚੰਦ, ਵੀ ਪਿਰਥੀ ਚੰਦ ਜੀ ਉਹਨਾਂ ਦਾ ਪੁੱਤਰ ਹੀ ਯਾਦ, ਵੀ ਉਹਨੂੰ ਕੋਈ ਨਾ ਬਖਸ਼ ਦੇਣਾ ਚਾਹੀਦਾ, ਬਖਸ਼ ਦੇਣਾ ਚਾਹੀਦਾ। ਹਾਂਜੀ, ਇਹ ਕਹਿਣਗੇ ਵੀ ਉਹ ਹਾਂਜੀ 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 ਇਹ ਗੱਲਾਂ ਤੇ ਬਹੁਤ ਗੌਰ ਕਰਨ ਦੀ ਲੋੜ ਹੈ ਤੇ ਇਨਫੋਰਮੇਸ਼ਨ ਦੇਣ ਲਈ, ਸਾਰਾ ਪ੍ਰੋਗਰਾਮ ਦੇਣ ਲਈ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਭਾਈ ਭੁਪਿੰਦਰ ਸਿੰਘ ਜੀ ਤੁਹਾਡਾ ਵੀ ਤੇ ਭਾਈ ਬਲਵੀਰ ਸਿੰਘ ਜੀ ਮੁੱਛਲ ਹੋਣਾ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਭਾਈ ਤਰਲੋਚਨ ਸਿੰਘ ਨਾਂ ਜੀ, ਤੇ ਇਹ ਭੁਪਿੰਦਰ ਸਿੰਘ ਪਤਾ ਨਹੀਂ ਅੱਜ ਕਿਉਂ ਨਿਕਲ ਰਿਹਾ ਵਾਰ ਵਾਰ। ਹਾਂਜੀ, ਇੱਕ ਸਕਿੰਟ ਲੈਣਾ ਸੀਗਾ ਕਿ ਕਈ ਸਿੰਘਾਂ ਨੂੰ ਇਹ ਨਾ ਮਨ ਦੇ ਵਿੱਚ ਡਾਊਟ ਹੋਵੇ ਕਿ ਜਸਵਿੰਦਰ ਸਿੰਘ ਵਾਲੀ ਗੱਲ ਨਹੀਂ, ਅਸੀਂ ਜਸਵਿੰਦਰ ਸਿੰਘ ਦੇ ਨਾਲ ਵੀ ਰਾਬਤਾ ਕੀਤਾ ਜੇ, ਦਾਸ ਦੀ ਟੈਲੀਫੋਨ ਤੇ ਗੱਲ ਹੋਈ ਜੇ, ਅਸੀਂ ਜਸਵਿੰਦਰ ਸਿੰਘ ਨੂੰ 31 ਨੰਬਰ ਤੇ ਪਰਚਾ ਦਰਜ ਕਰਨ ਤੋਂ ਪਹਿਲਾਂ ਅਸੀਂ ਉਹਨੂੰ ਕਿਹਾ ਕਿ ਸਾਨੂੰ ਮਿਲ ਕੇ ਤੇ ਆਪਣਾ ਪੱਖ ਦੱਸੋ, ਤੇ ਉਹਨਾਂ ਨੇ ਆਪਣਾ ਪੱਖ ਸਪਸ਼ਟ ਨਹੀਂ ਕੀਤਾ, ਜਿਹੜਾ ਕਿ ਉਹ ਕਹਿੰਦੇ ਵੀ ਮੈਂ ਹਾਂਜੀ ਅਸੀਂ ਬਹੁਤ ਜ਼ੋਰ ਲਾਇਆ ਜੇ ਇਹ ਆਪਣਾ ਉਹ ਵੀਰ ਵੀ ਦੱਸ ਸਕਦਾ, ਸਾਡੀ ਫੋਨ ਤੇ ਗੱਲ ਹੋਈ ਆ, ਸਾਡਾ ਇੱਕ ਸਿੰਘ ਹਰਪ੍ਰੀਤ ਸਿੰਘ ਉਹਦੇ ਨਾਲ ਉਹਨੇ ਲਾਈਨ ਜੋੜ ਕੇ ਸਾਡੇ ਨਾਲ ਗੱਲ ਕੀਤੀ ਆ, ਇਹਲਾ ਹਾਲ ਹੈ ਕਿ ਅਸੀਂ ਉਹਨੂੰ ਕਿਹਾ ਸੀ ਤੇਰੇ ਕੋਲ ਆ ਜਾਂਦੇ, ਉਹਨੇ ਸਾਨੂੰ ਆਪਣੇ ਕੋਲ ਆਉਣ ਵਾਸਤੇ ਇਜਾਜ਼ਤ ਵੀ ਨਹੀਂ ਦਿੱਤੀ। ਮਤਲਬ ਇਹ ਬਾਹਰ ਤਾਂ ਬਹੁਤ ਵੱਡੇ ਵੱਡੇ ਇਸ਼ਤਿਹਾਰ ਵੀ ਲੱਗ ਗਿਆ ਸੀ, ਇੱਕ ਇੰਟਰਨੈਸ਼ਨਲ ਦਮਦਮੀ ਟਕਸਾਲ ਦੇ ਨਾਂ ਤੇ ਇਸ਼ਤਿਹਾਰ ਲੱਗ ਗਿਆ ਸੀਗਾ ਵੀ
जे तुसी कोशिश की है तो जो भाई जसविंदर सिंह ने आंग उन्होंने कोका से उन्होंने तो थोड़े सामने आके अपना पक्ष रखना चाहिए ही। बिल्कुल जी, असं असं चाहते थे जिदन साढ़े बयान होने बयान तो पहला उन्होंने भी बुलाया ही डी एस पी साहब ने, तो उन्होंने आख्या जी वह पक्ष सानू डी एस पी साहब ने सवाल भी किया कि तुसी जसविंदर सिंह के हक च अहीं आख्या कि जिन्ना चिर सामने सामने अहीं उहदे हक च भुगत जाइए उहदी कोई गल होवे अहीं गुरु के देनदार हो जाइए। जसविंदर सिंह नूं अहीं बेनती की आ कि सानूं टाइम दिओ, उह कहिंदा मैं पुलिस के सामने नहीं आ सकदा, मेरे ते परचा दर्ज कर देना इन्हां ने कोई। मुड़ के अहीं कहा तुसीं पुलिस के सामने ना आओ, साडे सामने आ जाओ, अहीं दो सिंह आ जांदे आ, तुसीं चंडीगढ़ जे असीं रस्ते जाण के तुहानूं अगों आ जांदे आ, किते टाइम रख लो, असीं मिल के सानूं अपना पक्ष दस दिओ, असीं तुहाडे पक्ष ते असीं तुहाडा स्टैंड लवांगे। पर उहनां ने अपना पक्ष दसण वास्ते सानूं मिलण वास्ते इनकार करता, जदों इनकार करता फिर असीं नजायज़ किसे दा पक्ष नहीं लै सकते, असीं माफ़ी चाहुंदे आ उह सिंघ तों वी ते संगत कोलों वी भी अहीं नजायज़ किसे दी मड़ी च नहीं पैणा, क्योंकि किसे बंदे ने गलती कीती होवे अहीं उहदा झूठा पक्ष लै के गुरु दे देनदार हो जाइए, इह साडे वस दी गल नहीं। क्योंकि यह गल पिछले दिनों हो भी चुकी है, जदों मतलब जेल दे विचों बाहर आए हैं तो जदों सरूपा उन्होंने पा दिता गया वो किन्ना मतलब चाचा का पिछा बन गई गल, तो वो सिंह जिहड़े मतलब पंथ च उन्हां दा सत्कार सी उन्होंने काफ़ी ठेस भी लगी है। वो भाई साहब बहुत गल्लां ने, उन्होंने भी सारा साढ़े को सबूत डाटा आ गया वा, हिसाब किताब जो भी है जो सुरेंद्र सिंह ने किया उ जो जसविंदर सिंह सानू कहिंदा, पर मैं माफी चाहना हूं समा बहुत हो चुका वा, गल लंबी होंदी जांदी, कर लो हुण गल जे पछेड़ी आ ते क्लीयर कर लो, कोई नहीं जे करना चाहुंदे कर दिओ जी। ਉਹ ਗੱਲ ਇਸ ਤਰ੍ਹਾਂ ਵਾਂਗੇ ਜਿਹੜੇ ਜਸਵਿੰਦਰ ਸਿੰਘ ਹੋਣੀ ਜਦੋਂ ਪ੍ਰਚਾਰਕ ਜਦੋਂ ਸਾਨੂੰ ਪ੍ਰਚਾਰ ਸੁਣਾਉਂਦੇ ਆ ਜੀ ਸਟੇਜਾਂ ਦੇ ਉੱਤੇ ਜਾਂ ਸਾਨੂੰ ਮੀਡੀਆ ਸੋਸ਼ਲ ਮੀਡੀਆ ਦੇ ਸਾਨੂੰ ਇਹ ਸਿੰਘ ਜਿਹੜੇ ਆ ਵੀ ਪ੍ਰਮਾਣ ਦੇ ਦੇ ਕੇ ਸੁਣਾਉਂਦੇ ਆ ਵੀ ਜਿਹੜਾ ਸਾਡਾ ਸਿਰ ਆ ਉਹ ਹੈਗਾ ਵਾ ਪੰਥ ਵਾਸਤੇ। ਹਾਂਜੀ, ਜਦੋਂ ਜਦੋਂ ਇਹ ਗੱਲਾਂ ਵੱਡੀਆਂ ਵੱਡੀਆਂ ਕਰਦੇ ਤੇ ਸਾਡੇ ਵਰਗੇ ਜਿਹੜੇ ਆ ਜਾਂ ਹੋਰ ਸਿੰਘ ਜਿਹੜੇ ਨੌਜਵਾਨ ਆ ਉਹ ਵੱਡੇ ਵੱਡੇ ਕਦਮ ਚੁੱਕ ਦਿੰਦੇ ਆ, ਪਰ ਜਦੋਂ ਇਹਨਾਂ ਸਿੰਘਾਂ ਤੇ ਕੋਈ ਮੁਸੀਬਤ ਪੈਂਦੀ ਆ, ਜਿਹੜਾ 295 ਦਾ ਪਰਚਾ ਦਰਜ ਕੀਤਾ ਗਿਆ ਇਹਦੇ ਇਹਦੀ ਕੋਈ ਪਹਿਲੀ ਗੱਲ ਤੇ ਕੋਈ ਏਡੀ ਜ਼ਿਆਦਾ ਇਹਦੀ ਕੋਈ ਸਜ਼ਾ ਨਹੀਂ ਗੀ। ਦੂਜਾ ਚੱਕਰ ਇਹ ਆ ਕਿ ਜੇ ਆਪਾਂ ਉਤਰਾਂ ਗਿਣੀਏ ਤੇ ਇਹ ਕੋਈ ਬਹੁਤਾ ਡਰਨ ਵਾਸਤੇ ਗੱਲ ਨਹੀਂ ਗੀ ਵੀ ਬੜਾ ਵੱਡਾ ਹੋ ਗਿਆ, ਜੇ ਸਾਡਾ ਗੁਨਾਹ ਕੋਈ ਨਹੀਂ ਰੇ, ਜੇ ਅਸੀਂ ਮੰਨ ਲਓ ਕੋਈ ਗੁਨਾਹ ਨਹੀਂ ਨਾ ਕੀਤਾ ਜੀ, ਫਿਰ ਇਹ ਕੋਈ ਬੜੀ ਵੱਡੀ ਗੱਲ ਨਹੀਂ ਗੀ। ਕਿਉਂਕਿ ਹਾਂਜੀ ਜਦੋਂ ਮੰਨ ਲਓ ਇਹਨਾਂ ਦੇ ਪਰਚਾ ਦਰਜ ਹੋ ਜਾਂਦਾ, ਇਹ ਇੰਨੇ ਜ਼ਿਆਦਾ ਘਬਰਾ ਗਏ ਆ ਕਿ ਪਤਾ ਨਹੀਂ ਇਹ ਤੇ ਹੁਣ ਇਹੀ ਦੱਸ ਸਕਦੇ ਆ। ਉਸ ਤੋਂ ਬਾਅਦ ਜਦੋਂ ਇਹ ਜੇਲ੍ਹ ਦੇ ਵਿੱਚੋਂ ਰਿਹਾ ਹੁੰਦੇ ਆ, ਜੋ ਇਹ ਸਾਨੂੰ ਗੱਲਾਂ ਦੱਸਦੇ ਆ, ਸਾਨੂੰ ਫੋਨ ਤੇ ਇਹਨਾਂ ਨੂੰ ਮੈਂ ਸਵਾਲ ਵੀ ਕੀਤੇ ਆ, ਇਹਨਾਂ ਨੇ ਜੋ ਗੱਲਾਂ ਸਾਨੂੰ ਦੱਸੀਆਂ ਉਹ ਇੱਕ ਉਸ ਤਰ੍ਹਾਂ ਦਾ ਬੰਦਾ ਹੋਵੇ ਨਾ ਜਿਹੜਾ ਬਾਣੀ ਵੀ ਨਹੀਂ ਪੜ੍ਹਦਾ, ਜਿਹਨੇ ਇਤਿਹਾਸ ਵੀ ਨਹੀਂ ਪੜ੍ਹਿਆ, ਉਹ ਇੰਨੀਆਂ ਡਰੀਆਂ ਤੇ ਘਬਰਾਈਆਂ ਉਹ ਬੰਦਾ ਵੀ ਗੱਲਾਂ ਨਹੀਂ ਜੇ ਕਰਦਾ, ਜਿੰਨੀਆਂ ਇਹ ਵੀਰ ਨੇ ਗੱਲਾਂ ਡਰੀਆਂ ਤੇ ਘਬਰਾਈਆਂ ਕੀਤੀਆਂ। ਹੋ ਸਕਦਾ ਸਾਡੇ ਕੋਲ ਸਬੂਤ ਵੀ ਹੋਣ, ਜੇ ਸਾਨੂੰ ਪੇਸ਼ ਕਰਨੇ ਪਏ ਕਿਤੇ ਕੋਈ ਖਾਨੂੰ ਸਿੰਘ ਕਵੇ ਨਾ ਵੀ ਉਹ ਗੱਲ ਕਰ ਨਹੀਂ ਸਕਦਾ, ਤੇ ਅਸੀਂ ਸਬੂਤ ਵੀ ਪੇਸ਼ ਕਰਨ ਨੂੰ ਉਸ ਸਿੰਘ ਨੂੰ ਤਿਆਰ ਆ। ਇੰਨੀਆਂ ਡਰੀਆਂ ਘਬਰਾਈਆਂ ਗੱਲਾਂ, ਜਿਹੜੇ ਸਰੋਪਾ ਲੈ ਕੇ ਬਾਹਰ ਖਲੋਤੇ ਸੀ ਨਾ ਉਹਨਾਂ ਦੇ ਕੋਲ ਇਹ ਖਲੋਤੇ ਨਹੀਂ ਭਾਈ ਜਸਵਿੰਦਰ ਸਿੰਘ ਹੋਣੀ, ਇਹ ਖਲੋਤੇ ਉਹਨਾਂ ਦੇ ਕੋਲ, ਪੁਲਿਸ ਨੇ ਹੋਰ ਪਰਚਾ ਪਾ ਕੇ ਮੈਨੂੰ ਅਰੈਸਟ ਕਰ ਲੈਣਾ ਵਾ, ਤੇ ਉਹਨਾਂ ਨੂੰ ਇਹ ਬਲਵੰਤ ਸਿੰਘ ਗੋਪਾਲਾ ਵੀ ਦੱਸੂਗਾ। ਹਾਂਜੀ, ਜਦੋਂ ਉਹ ਖਲੋਤੇ ਨਹੀਂ ਆ, ਮੁੜ ਕੇ ਇਹਨਾਂ ਦਾ ਕੋਈ ਰਿਸ਼ਤੇਦਾਰ ਸੀ, ਰਿਸ਼ਤੇਦਾਰ ਨੇ ਇਹਨਾਂ ਨੂੰ ਇਹ ਗੱਲ ਕਹੀ ਆ ਕਿ ਉਹ ਬੜੇ ਚਿਰ ਦੇ ਖਲੋਤੇ, ਇੱਕ ਮਿੰਟ ਵਾਸਤੇ ਜਸਵਿੰਦਰ ਸਿੰਘ ਜੀ ਉਹਨਾਂ ਦੀ ਗੱਲ ਸੁਣ ਲਈਏ। ਫਿਰ ਭਾਈ ਜਸਵਿੰਦਰ ਸਿੰਘ ਨੇ ਆਖਿਆ ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਨੂੰ ਪੁਲਿਸ ਨੇ ਅਰੈਸਟ ਕਰ ਲੈਣਾ ਵਾ, ਇਹਨੇ ਗੱਡੀ ਚੋਂ ਉਤਰੇ, ਇੱਕ ਮਿੰਟ ਵਾਸਤੇ ਜਬਰੀ ਦਵਾ ਦਵ ਸਰੋਪਾ ਲੈ ਕੇ ਉੱਥੋਂ ਭੱਜਣ ਦੀ ਗੱਲ ਕੀਤੀ। ਉਦੋਂ ਬਾਅਦ ਜਿਹੜੇ ਸਿੰਘ ਪੈਰਵਾਈ ਕਰ ਰਹੇ ਜਸਵਿੰਦਰ ਸਿੰਘ ਦੀ, ਜਿਹੜੇ ਮਗਰ ਪੁਲਿਸ ਦੇ ਨਾਲ ਔਖੇ ਸੌਖੇ ਹੋ ਰਹੇ ਆ, ਅੱਜ ਤੱਕ ਜਸਵਿੰਦਰ ਸਿੰਘ ਨੇ ਉਹਨਾਂ ਨੂੰ ਫੋਨ ਕਰਕੇ ਨਹੀਂ ਪੁੱਛਿਆ, ਉਹ ਅੱਜ ਤੱਕ ਪੁੱਛਿਆ ਨੀ ਵੀ ਮੈਂ ਆਪਣਾ ਬਾਹਰ ਨਿਕਲ ਕੇ ਪੱਖ ਤੇ ਦੱਸਾਂ। ਜਸਵਿੰਦਰ ਸਿੰਘ ਨੇ 3 ਗੱਡੀਆਂ ਬਦਲੀਆਂ ਉੱਥੋਂ ਆਉਂਦਿਆਂ ਆਉਂਦਿਆਂ, ਜਿਹੜੇ ਸ਼ਹਿਰ ਚ ਆਇਆ ਵਾ 3 ਗੱਡੀਆਂ ਬਦਲੀਆਂ ਰਾਜ, ਕੀ ਏਡੀ ਆਫਤ ਆ ਗਈ ਆ, ਕੀ ਹੋ ਗਿਆ ਇਹ ਇਹ ਗੱਲਾਂ ਮੰਨ ਲਓ ਵੀ ਇਹ ਭਾਈ ਜਸਵਿੰਦਰ ਸਿੰਘ ਨੇ ਸਾਨੂੰ ਟੈਲੀਫੋਨ ਤੇ ਦੱਸਿਆ, ਸਾਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਵੀ ਭਾਈ ਜਸਵਿੰਦਰ ਸਿੰਘ ਦੱਸ ਰਿਹਾ, ਤੇ ਭਾਈ ਜਸਵਿੰਦਰ ਸਿੰਘ ਨੂੰ ਅਸੀਂ ਬੜਾ, ਮੈਂ ਉਹਨਾਂ ਨੂੰ ਕਹਿ, ਉਹਨਾਂ ਕਿਹਾ ਸਾਡੇ ਤੇ ਮੇਰੇ ਤੇ ਪੁਲਿਸ ਨੇ, ਤੁਹਾਨੂੰ ਨੀ ਪਤਾ ਮੇਰੇ ਤੇ ਪਰਚਾ ਦਰਜ ਕਰ ਦੇਣਾ ਵਾ ਜੇ ਮੈਂ ਉੱਥੇ ਬਿਆਨ ਦੇਣ ਆਇਆ ਨਾ ਵੀ ਮੇਰੇ ਨਾਲ ਆਹ ਗੱਲ ਹੋਈ ਆ, ਤੇ ਇਹ ਜਿਹੜਾ ਗੁਰਕਾ ਸਾਹਿਬ ਆ ਇਹ ਮੈਂ ਨਹੀਂ ਖੜਿਆ, ਮੈਂ ਨਹੀਂ ਖਰੀਦਿਆ, ਇਹ ਸੁਖਦੇਵ ਸਿੰਘ ਦੇ ਕੋਲ ਆ, ਜੇ ਬਿਆਨ ਲੈਣੇ ਸੀਗੇ ਡੀ ਐਸ ਪੀ ਨੇ ਕਿ ਜਸਵਿੰਦਰ ਸਿੰਘ ਇਹ ਸਾਬਤ ਕਰਦੇ, ਪਰ ਜਸਵਿੰਦਰ ਸਿੰਘ ਇਹ ਗੱਲ ਕਹਿੰਦਾ ਸੀ ਵੀ ਭਾਜੀ ਤੁਹਾਨੂੰ ਨੀ ਪਤਾ ਮੇਰੇ ਤੇ ਪੁਲਿਸ ਨੇ ਪਰਚਾ ਦਰਜ ਕਰਕੇ ਮੈਨੂੰ ਸਦਾ ਵਾਸਤੇ ਅੰਦਰ ਕਰ ਦੇਣਾ। ਹੁਣ ਇੱਕ ਬੰਨੇ ਦੇ ਭਾਈ ਸਾਹਿਬ ਅਸੀਂ ਇਹ ਗੱਲ ਕਹਿੰਦੇ ਆ ਵੀ ਪੰਥ ਵਾਸਤੇ ਸਾਡਾ ਸਿਰ ਹਾਜ਼ਰ ਆ, ਤੇ ਜੇ ਮੰਨ ਲਓ ਪੰਥ, ਹਾਂਜੀ ਸਾਨੂੰ ਤੇ ਕਹੀ ਆ ਬਹੁਤ ਵੱਡੇ ਵੱਡੇ ਕਰਦੇ, ਹਾਂਜੀ ਦਾਅਵੇ ਬਹੁਤ ਵੱਡੇ ਵੱਡੇ ਕਰਦੇ ਆ, ਸਾਨੂੰ ਤੇ ਇਤਿਹਾਸ ਸੁਣਾਈ ਜਾਂਦੇ ਆ, ਸੁੱਖਾ ਸਿੰਘ, ਮਹਤਾਬ ਸਿੰਘ ਦਾ, ਸਵੰਤ ਸਿੰਘ, ਬੇਬੇਅੰਤ ਸਿੰਘ ਦਾ, ਸੁੱਖੇ ਜਿੰਦੇ ਦਾ ਸਾਨੂੰ ਇਤਿਹਾਸ ਸੁਣਾਉਂਦੇ ਆ ਭਾਈ ਸਾਹਿਬ, ਤੇ ਜਦੋਂ ਅਸੀਂ ਤੇ ਕਿਰਤ ਕਰਨ ਵਾਲੇ ਬੰਦੇ ਆ ਸਾਨੂੰ ਇਤਿਹਾਸ ਨਾ ਸੁਣਾ ਕੇ ਇਹ ਗੱਲਾਂ ਕਰਦੇ, ਤੇ ਜਦੋਂ ਅਸੀਂ ਆਨੇ ਆ ਵੀ ਇਹਨਾਂ ਸਿੰਘਾਂ ਨਾਲ ਇਸ ਤਰ੍ਹਾਂ ਹੁੰਦੀ ਆ ਤੇ ਇਹ ਇਸ ਤਰ੍ਹਾਂ ਡਰ ਜਾਂਦੇ ਆ, ਇਹ ਤੇ ਬਾਣੀ ਪੜਨ ਵਾਲੇ ਸਿੰਘ ਆ ਯਾਰ, ਇਹਨਾਂ ਦਾ ਕੀ ਹਾਲਾਤ ਆ, ਉਦੋਂ ਅਸੀਂ ਉਹਨਾਂ ਦੇ ਤਰਲੇ ਮਾਰੇ ਵੀ ਅਸੀਂ ਉਹਨਾਂ ਨਾਲ ਇਹ ਗੱਲ ਵਾਅਦਾ ਕੀਤਾ, ਮੈਂ ਦਾਸ ਨੇ ਕੀਤਾ ਵਾਅਦਾ
कि भाई जसविंदर सिंह जे तेरे ते पुलिस परचा दर्ज करूगी ना ते मेरा तेरा वायदा वा अहीं तेनूं अंदर कर दूं अहीं गोहे गाड़ी बवांगे अहीं धरना लावांगे उत्थे अहीं तेरे ते जे तेनूं अंदर करनगे मेरे साडी जहेबंदी दी गरंटी आ भी जे तेनूं अंदर करन पर उहने पैर ही नहीं लाए फिर उन्होंने अं आखा चल पुलिस को नहीं मथे लगना तो भाई साहब जी सानू टाइम दो तो असं इतने अद च आ जाने तुम चंडीगढ़ हाँ तो असं अद च आ जाने सानू तो अपना पक्ष दो अड़ा पक्ष स्पष्ट करना चैनलों का भी करना वा अं पुलिस को पक्ष स्पष्ट करना भी जसविंदर सिंह का कोई कसूर नहीं आ वह बेकसूर आहे हक च बयान दे देंगे तो तुम बरी हो जाओगे भाई जसविंदर सिंह ने सानू मिलने वास्ते भाई तलोचन सिंह जी हम ये भी दस दौ कि फोन ते दस्या के मैं अपना नंबर भी नहीं आ फेस मतलब के वह कॉल भी किसी नंबर तो नहीं करते व्हाट्सएप ते साडे नाल गल करदे व्हाट्सएप दा इह जे वी साडे रेंज आउंदी व्हाट्सएप दी घट व्हाट्सएप से गल नहीं होंगी हरप्रीत सिंह लाने कॉल सानू लाने नहीं नंबर लेंदे भाई बलबीर सिंह दास मैनू व्हाट्सएप से जोड़न की इजाज नहीं भी किस तरह जोड़ते हैं तो फिर व्हाट्सएप से साडे नाल सिंह जोड़ के गल करा सानू तो नंबर तक नहीं दिता उन्होंने बस कितने बैठे आ कितने नहीं बैठे वो दस सकते हैं जां गुरु साहब जानते हैं सानू जिनी उन्होंने गल दसी आ मैं महाराज की जिहड़ियां मैं तुहानू आप जी नाल गल्लां सांझियां कीतियां चैनल से संगत सुन रही आ ये जे कितने मान लो टाइम समा बनता वा जे कितियां मेरियां गल्लां रिकॉर्ड कर लो भावें जिथे मर्जी जे गुरु महाराज दी हजूरी दे विच देखो इहदे च अपने पैदल जो सी रिकॉर्ड करन दी लोड़ नहीं ते लाइव जा रिहा दुनिया सुन रही आ आपां कोई चोरी गल कर नहीं रहे नहीं भाई साहब जी मैं ये बेनती कर रहा भी जो कल भाई जसविंदर सिंह को नहीं कह ना भी मैं गल नहीं की असि गुरु महाराज की हजूरी पंथ के सामने अं ये गल आ कहे भाई जसविंदर सिंह ने साडे नाल गल कीतियां ते सानू महसूस होया कि यह जेडे गुरसिख आ टकसाल के सिंह आने एने प्रचारक सिंह आ जे इन्हों का यह हालात है तो अं एक पठे पाने वाले बंदे हाँ किरत करने वाले बंदे हाँ तो असि तो सिर्फ पंजा बाणियों का नितनेम करने वाले बंदे उस भी साडा नांगा पै जांदा कई यार ये बाणी भी बहुत कंठे आ इन्हां नूं बाहर जिथे मैं बैठा इंग्लैंड अमरीका कनेडा के इतने सोफिया से बह के मतलब एयर कंडीशन से बह के बहुत बड़िया बड़िया गल्लां हो जांदियां बहुत बड़े बड़े दावे हो जांदे आ लेकिन पता उदो लगता जो मैदान पंजाब गल करनी पैंदी आ पंजाब बोलना पैंदा पंजाब कोई केस हो जाता फिर पता लगता फिर पता लगता भी बंदा सिख कच्चा है जां पक्का आ भाई साहब जी आप जी की जानकारी वास्ते दे दिए भी ये अंदर बूहा मार के वीडियो बनाउनी जां सोशल मीडिया से वीडियो पा देनी वह बड़ी सौखी गल आ किसी नूं आखना बड़ा सौखा वा जदों भाई साहब आण के इत्थे पंजाब दे विच खास करके ये जदों थाणियां कचहरियां दे धक्के खाईदे आ ना जदों इन्हां च पता फेर लगदा वा भी ये जिहड़े हुण साडे दे सोशल मीडिया से बहुत उंगलां चुकण डए लोग बहुत कुछ करी जांदे आ पर साडे दे उदन किसे नहीं आख्या फतेहगढ़ साहब दा वेखो भाई साहब जी इको मिनट फतेहगढ़ साहब जोर मेला सिंह साहब उदों ध्यान सिंह मंड ते अमरीक सिंह भाई अमरीक सिंह अजनाला जी ते होर दादू इन्हां ने उदों फैसला करता कोई अहीं अपने घर बैठे ठंड बहुत ज्यादा इन्हां ने आख्या भी आपां दा नगर कीर्तन है वह ऐरकी सरबत खालसा वाले जहेदार कढ़नगे सानू पता नहीं किसे गल दा सानू भाई साहब रात दो बजे पुलिस पै गई जदों पुलिस पैंदी आ ठंड इन्नी ज्यादा रात कोई हिसाब नहीं रात दो बजे जदों पुलिस पई आ ते पुलिस दे विच पुलिस चली गई दूजे पहर ते मेरी बैग तों ना दूजे पहर ते मुड़ गई जो दूजे पहरे बैग ते चल गई उन्हां बैग वालिया ने मेरे ना इत्थे प्रेम राज ते सिंह उन्हां मैनूं फोन कीता पुलिस पै गई तेरी बैग ते तूं गांव छां जा मैं बाहर निकलिया ते गड्डियां मेरे पै ते पंज किले ना मेरी बैग वड्डी छड़कों हटवी आ मेरी बैग नूं गड्डियां तुर गईआं पुलिस दीआं मैं बाहर निकल के वेख्या ठंड बड़ी मैं लोई लई दवा दा मैं रात जाके इत्थे साडे मतलब के कोई मजाक वाली गल नहीं जो सच्चाई आ मैं वह संगतां दे सामने रखणियां चाहुंदा वां जदों मैं उत्थे जाके ना रात दो बजे पराली दे कुनूं दे विच बैठा पराली दे कुनूं च बह के रात मैं चार पांच बजे तक जिन्ने चिर दिन नहीं चढ़िया उन्ने चिर मैं पराली दे विच लोई लई के बैठा रहा पर मैं अपने मन दे विच विचार कीती मैं आख्या यार ये किहड़े कम्मां च पै गए भी रात भी पुलिस नहीं सौण दिंदी अकाली दल दे मगरले पंजां सालां जो साडे नाल बीती है जां अहीं जाणदे जां महाराज साहिब जाणदे आ ते मैं उत्थे जदों उत्थे बैठे आ ते मैनूं मैं मन च सोचिया मैं क्या भी यार किहड़े कम्म च पै गए आ अपने घर नवां नाल बच्चियां च बहिदा ही इह बड़ा कम्म खराब आ फिर मन च आपे विचार आई ਵੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਉਹਨਾਂ ਨੂੰ ਇਸ ਟਾਈਮ ਤੇ ਠੰਡ ਦੇ ਵਿੱਚ ਠੰਡੇ ਬੁਰਜ 'ਚ ਰੱਖਿਆ ਗਿਆ ਸੀ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਤੇ ਤੂੰ ਮੰਨ ਲਓ ਵੀ ਇਤਿਹਾਸ ਦੇ ਵਿੱਚ ਜੇ ਮੰਨ ਲਓ ਉਦੋਂ ਦੀ ਪੁਲਿਸ ਨੇ ਇਸ ਤਰ੍ਹਾਂ ਕੀਤਾ ਜੀ ਅੱਜ ਵਾਲੀ ਪੁਲਿਸ ਤੈਨੂੰ ਪੈ ਗਈ ਆ ਤੂੰ ਪਰਾਲੀ 'ਚ ਬਹਿ ਗਿਆ ਤੂੰ ਲੋਈ ਉੱਤੇ ਲਈ ਨਿੱਘੇ ਤਾਂ ਬੈਠਾ ਤੈਨੂੰ ਕਰੀ ਉਹ ਚੱਲੀ ਆ ਮੈਂ ਆਪੇ ਸਵਾਲ ਤੇ ਆਪੇ ਜਵਾਬ ਤੇ ਰਾਤ ਉਦਣ ਮੇਰੇ ਨਾਲ ਇਹ ਮੇਰੇ ਨਾਲ ਬੀਤੀ ਦਿਨ ਚਿਹੜੇ ਤੱਕ
ਤੇ ਸਾਡੇ ਜੋ ਪੁਲਿਸਕਾਰ ਨੇ ਇਹ ਭਾਈ ਜਸਵੰਤ ਸਿੰਘ ਜਸਵਿੰਦਰ ਸਿੰਘ ਵਰਗੇ ਜਦੋਂ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪਾਉਣੀ ਆ ਜਾਂ ਹੋਰ ਕੋਈ ਗੱਲ ਕਰਨੀ ਅੰਦਰ ਵੜ ਕੇ ਤੇ ਪਾਈ ਜਾਂਦੇ ਆ ਜਾਂ ਕਿਸੇ ਤੇ ਸਵਾਲ ਕਰਨਾ ਕਿੰਤੂ ਪਰੰਤੂ ਕਰਨਾ ਉਹ ਬੜਾ ਸੌਖਾ ਜੀ ਬਾਹਰ ਬਹਿ ਕੇ ਤੇ ਬਾਦਲਾਂ ਨੂੰ ਗਾਲਾਂ ਵੀ ਨਿਕਲਦੀਆਂ ਸਾਰਾ ਕੁਛ ਨਿਕਲਦਾ ਇੱਥੇ ਆ ਕੇ ਉਹਨਾਂ ਦੀ ਝੋਲੀ ਪੈ ਜਾਂਦੇ ਆ ਹਾਂਜੀ ਜਦੋਂ ਅਸੀਂ ਆ ਬਾਦਲਾਂ ਦਾ ਵਿਰੋਧ ਕੀਤਾ ਬਰਗਾੜੀ ਵਾਲੇ ਮਹੱਲੇ ਜਿੱਥੇ ਪਿੰਡ ਮੂਸੇ ਜਦੋਂ ਅਸੀਂ ਉਹਨਾਂ ਨੂੰ ਗੋਹਾ ਮਾਰਿਆ ਹੁਣ ਸਾਡੇ ਨਾਲ ਭਲਕੇ ਉਹਨਾਂ ਕੀਤਾ ਕੀ ਕਰਨੀ ਹੈ ਕਿਸ ਤਰ੍ਹਾਂ ਸਾਨੂੰ ਭੁਗਤਣਾ ਪੈਂਦਾ ਮੇਰਾ 10-11 ਸਾਲ ਦਾ ਬੱਚਾ ਵਾ ਜਦੋਂ ਉਹਨਾਂ ਨੇ ਪਾਰਟੀਆਂ ਵਾਲੇ ਕੇਸ ਚ ਉਹਨੂੰ ਕਣਕ 10 ਕਿੱਲੇ ਕਣਕਾਂ ਦੇ ਵਿੱਚ ਭਜਾਇਆ ਕੰਬਾਈਨ ਮੇਰੀ ਦੇ ਡਰਾਈਵਰ ਫੜ ਕੇ ਲੈ ਗਏ ਡਰਾਈਵਰਾਂ ਦਾ ਵਿਚਾਰਾਂ ਦਾ ਕੀ ਕਸੂਰ ਉਹਨਾਂ ਨੂੰ ਹਵਾਲਾ ਚ ਦੇ ਛੱਡਿਆ ਉਹ ਡਰਾਈਵਰ ਵਿਚਾਰੇ ਭੱਜ ਗਏ ਮੇਰੀ ਕੰਬਾਈਨ ਦਾ ਸੀਜ਼ਨ ਮਾਰਿਆ ਗਿਆ ਕਈ ਕੁਝ ਸਾਡੇ ਨਾਲ ਵਾਪਿਆ ਪੈਲੀ ਸਾਡੀ ਕਣਕ ਸਾਡੀ ਵੱਢਣ ਨਹੀਂ ਦਿੱਤੀ ਕੁਰਕੀ ਸਾਡੀ ਪੈਲੀ ਦੀ ਕਰਤੀ ਆਰਡਰ ਹੋ ਗਏ ਉਹ ਮਹਾਰਾਜ ਨੇ ਸਾਨੂੰ ਵਿਧ ਬਣਾਤੀ ਵੀ ਉਹ ਜੱਜ ਸੀ ਜਿਹੜਾ ਉਹ ਵਿਚਾਰਾ ਹੈਗਾ ਤੇ ਹਿੰਦੂ ਸੀ ਪਰ ਉਹਨੇ ਸਾਡੀ ਬਾਹਰੋਂ ਬਾਹਰ ਜਮਾਨਤ ਦੇ ਦਿੱਤੀ ਤੇ ਉਹ ਜਮਾਨਤ ਦੇ ਨਾਲ ਮੁੜ ਕੇ ਸਾਡਾ ਜਾਗ ਦੇ ਜਹੇਬੰਦੀਆਂ ਦੇ ਵਿੱਚ ਹੁਣ ਜਿਸ ਤਰ੍ਹਾਂ ਚਲੋ ਅੱਜ ਜੋ ਮਰਜ਼ੀ ਕਹੀਏ ਭਾਈ ਸਾਹਿਬ ਭਾਈ ਅਮਰੀਕ ਸਿੰਘ ਆ ਸੁਖਵਿੰਦਰ ਸਿੰਘ ਹਰਿਆਣੇ ਵਾਲੇ ਆ ਭਾਈ ਸੁਖਦੀਪ ਸਿੰਘ ਖੋਤਾ ਸਾਰੇ ਸਿੰਘਾਂ ਨੇ ਸਾਡਾ ਉਦੋਂ ਬੜਾ ਜ਼ਿਆਦਾ ਸਾਥ ਦਿੱਤਾ ਇਹ ਸਿੰਘ ਸਾਡਾ ਸਾਥ ਦਿੰਦੇ ਆ ਇੱਕ ਦੂਜੇ ਨਾਲ ਮੈਜੋਰਿਟੀ ਨਾਲ ਤੇ ਅਸੀਂ ਬਚੇ ਜਾਂਦੇ ਨਹੀਂ ਤੇ ਅਸੀਂ ਬਹੁਤ ਗਿਣਤੀ ਕਰਕੇ ਨਹੀਂ ਇਹ ਇਹ ਭਾਈ ਜਸਵਿੰਦਰ ਸਿੰਘ ਵਰਗੇ ਜਾਂ ਹੋਰ ਸਿੰਘ ਵੀਡੀਓ ਪਾਉਣੀਆਂ ਸੌਂਕੀਆਂ ਜਦੋਂ ਅਸੀਂ ਜ਼ਮੀਨ ਲੈਵਲ ਤੇ ਆਣ ਕੇ ਕੰਮ ਕਰਨ ਆ ਨਾ ਜ਼ਮੀਨੀ ਪੱਤਰ ਤੇ ਉਦੋਂ ਪਤਾ ਲੱਗਦਾ ਵੀ ਕੀ ਭਾਅ ਤੁਲਦੀ ਹੈ ਚਲੋ ਇਹ ਵੀ ਬਹੁਤ ਵਧੀਆ ਹੋਇਆ ਕਿ ਕਈ ਵਾਰੀ ਸੱਚ ਸਾਹਮਣੇ ਲਿਆਉਣ ਲਈ ਕੁਛ ਨਾ ਕੁਛ ਕਰਨਾ ਪੈਂਦਾ ਤੁਸੀਂ ਬੜੀ ਮਿਹਨਤ ਕੀਤੀ ਹੈ ਬਲਬੀਰ ਸਿੰਘ ਹੋਣਾ ਨੇ ਤੁਸਾਂ ਨੇ ਤੇ ਚਲੋ ਇਹਨਾਂ ਦਾ ਜਸਵਿੰਦਰ ਸਿੰਘ ਹੋਣਾ ਦਾ ਵੀ ਜੇ ਇੱਥੇ ਪੰਜਾਬ 'ਚ ਆਏ ਆ ਤੇ ਇਹਨਾਂ ਦੇ ਕੇਸ ਹੋ ਗਿਆ ਤੇ ਸੱਚ ਵੀ ਸਾਹਮਣੇ ਆ ਗਿਆ ਨਹੀਂ ਤੇ ਸ਼ਾਇਦ ਇਹ ਪਤਾ ਨਹੀਂ ਸੀ ਲੱਗਣਾ ਇਹ ਭੁਲੇਖਾ ਹੀ ਰਹਿਣਾ ਸੀ ਵੀ ਗੋਟਕਾ ਸਾਹਿਬ ਦੀ ਵਿਅਦ ਵੀ ਸਿੱਖ ਤੇ ਕਰੇ ਨਹੀਂ ਸਕਦੇ ਕੇਨ ਕੀਤੀ ਹੋਊਗੀ ਬਿਲਕੁਲ ਜੀ ਬਿਲਕੁਲ ਜਦੋਂ ਕੋਈ ਹੋਰ ਕਰਦਾ ਜੀ ਉਦੋਂ ਤੇ ਡਾਂਗਾ ਮਾਰਦੇ ਸਾਰੇ ਜਾ ਕੇ ਕੁੜਦੇ ਜਦੋਂ ਸਾਡਾ ਕਰਦਾ ਉਦੋਂ ਆਉਂਦੇ ਕੋਈ ਗੱਲ ਨਹੀਂ ਇਹਨੂੰ ਛੱਡ ਦੋ ਸਾਨੂੰ ਵੀ ਕਈਆਂ ਨੇ ਸਲਾਹਾਂ ਦਿੱਤੀਆਂ ਵੀ ਤੁਸੀਂ ਕੌਣ ਜੇ ਤੁਸੀਂ ਜ਼ਿਆਦਾ ਸਿਆਣੇ ਹੋ ਗਏ ਆ ਕਈ ਕੁਝ ਸਾਨੂੰ ਆਖਿਆ ਗਿਆ ਸਾਨੂੰ ਹੁਣ ਆਹ ਜਿਹੜੀ ਸੋਸ਼ਲ ਮੀਡੀਆ ਆਪਣਾ ਸੋਸ਼ਲ ਮੀਡੀਆ ਤੇ ਜਿਹੜਾ ਅਖਬਾਰਾਂ ਦੇ ਵਿੱਚ ਭੰਡਿਆ ਜਾ ਰਿਹਾ ਨਾ ਉਹ ਸੁਖਦੇਵ ਸਿੰਘ 31 ਨੰਬਰ ਦਾ ਕਰਕੇ ਸਾਡਾ ਜਿਆਦਾ ਸਾਡਾ ਜ਼ਿਆਦਾ ਹੋ ਰਿਹਾ ਵਾ ਇਹ ਤੇ ਕਲੀਅਰ ਆ ਦੂਜੀ ਗਏ ਆ 217 ਸਰੂਪਾਂ ਵਾਲੀ ਗੱਲ 217 ਸਰੂਪਾਂ ਵਾਲੀ ਜਿਹੜੀ ਅਸੀਂ ਦਰਖਾਸਤ ਦਿੱਤੀ ਸ਼੍ਰੋਮਣੀ ਕਮੇਟੀ ਦੇ ਖਿਲਾਫ ਜਿੱਦਣ ਉਹ ਰਾਮਸਰ ਅੱਗ ਲੱਗਦੀ ਆ ਉਹ ਸਾਡੇ ਕੋਲ ਮੇਰੇ ਕੋਲ ਦਰਖਾਸਤ ਪਈ ਉਦੋਂ ਦੀ 16 ਦੀ ਉਹ ਦਰਖਾਸਤ ਅਸੀਂ ਦਿੰਦੇ ਉਦੋਂ ਬਾਦਲ ਦਾ ਰਾਜ ਸੀ ਸਾਡੀ ਉੱਥੇ ਸੁਣਵਾਈ ਨਹੀਂ ਹੋਈ ਅਸੀਂ ਉਹ ਗੱਲ ਤੇ ਮੁੱਦੇ ਤੇ ਅਸੀਂ ਰੌਲਾ ਪਾਇਆ ਵਾ ਕਿ ਉਹਦੇ ਤੇ ਸਾਡੀ ਇਹ ਕੜੀ ਕੱਢਣ ਡਏ ਆ ਸ਼੍ਰੋਮਣੀ ਕਮੇਟੀ ਵੀ ਕੱਢੀ ਜਾਂਦੀ ਆ ਤੇ ਜਿਹੜੇ ਦੂਜੇ 31 ਵਾਲੇ ਜਾਂ ਪਖੰਡੀ ਆ ਜਿਹੜੇ ਉਹ ਵੀ ਸਾਡੇ ਤੇ ਕੜੀ ਕੱਢੀ ਜਾਂਦੇ ਹੋਰ ਸਾਡੇ ਤੇ ਜਿਹੜੇ ਤੇ ਗੁਰੂ ਤੇ ਭਰੋਸਾ ਰੱਖਣ ਵਾਲੇ ਬੰਦੇ ਉਹ ਸਾਡੀਆਂ ਤੇ ਅਰਦਾਸਾਂ ਕਰਦੇ ਆ ਜਦੋਂ ਮੈਨੂੰ ਗੋਲੀ ਲੱਗੀ ਆ ਉਦੋਂ ਭਾਈ ਸਾਹਿਬ ਮੈਂ ਉਹਨਾਂ ਬੰਦਿਆਂ ਨੂੰ ਜਾਣਦਾ ਨਹੀਂ ਉਹਨਾਂ ਭੈਣਾਂ ਨੂੰ ਜਾਣਦਾ ਨਹੀਂ ਜਿਨ੍ਹਾਂ ਨੇ ਮੇਰੀਆਂ ਅਰਦਾਸਾਂ ਕੀਤੀਆਂ ਵੀ ਇਹ ਬੰਦੇ ਦੀ ਜਾਨ ਬਚਣੀ ਚਾਹੀਦੀ ਤੇ ਮੇਰੀ 1.5 ਘੰਟਾ ਨਬਜ਼ ਨਹੀਂ ਚੱਲੀ ਖੂਨ ਜਿਹੜਾ 1.5 ਘੰਟਾ ਨਬਜ਼ ਨਹੀਂ ਚੱਲੀ ਤੇ ਸਿੰਘਾਂ ਦੀਆਂ ਅਰਦਾਸਾਂ ਕਰਕੇ ਮੈਂ ਬਚ ਗਿਆ ਅੱਜ ਮੈਂ ਬੈਠਾ ਪਰਿਵਾਰ ਦੇ ਵਿੱਚ ਚਲੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਇਸ ਤਰ੍ਹਾਂ ਜਿੰਨਾ ਜਿਹੜੀ ਤੁਸੀਂ ਸੇਵਾ ਲੈ ਕੇ ਤੁਰੇ ਆ ਇਸ ਤਰ੍ਹਾਂ ਹੀ ਲੱਗੇ ਰਹੋ ਸੋ ਆਵਾਜ਼ੇ ਕੌਮ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਭਾਈ ਤਰਲੋਚਨ ਸਿੰਘ ਜੀ ਤੁਹਾਡਾ ਤੇ ਤੁਸੀਂ ਜਿਹੜਾ ਸਮਾਂ ਦਿੱਤਾ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਆਪ ਜੀ ਦਾ ਚੈਨਲ ਦਾ ਵੀ ਹਾਂਜੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ